ਆਪਾਂ ਅਕਸਰ ਸੁਣਿਆ ਹੋਣਾ ਕੁੜੀਆਂ ਦੇ ਮੂੰਹੋਂ ਜਾਂ ਵੀ ਸਾਰੇ ਮੁੰਡੇ ਇੱਕੋ ਜਿਹੇ ਹੁੰਦੇ ਨੇ, ਉਹ ਗੱਲ ਦਿਮਾਗ 'ਚ ਬਹਿ ਗਈ ਸੀ ਅਤੇ ਉਹ ਫਿਰ ਲਿਖਤੀ ਫਿਰ। ਇਸ ਗੀਤ ਦੇ ਬਾਰੇ ਤੁਸੀਂ ਫੀਚਰਿੰਗ ਬੇਸ਼ੱਕ ਇਸ ਦੇ ਵਿੱਚ ਕੀਤੀ ਹੈ, ਲੇਕਿਨ ਬਹੁਤ ਸਾਰੇ ਗਾਣਿਆਂ ਦਾ ਮਿਊਜ਼ਿਕ ਵੀ ਦਿੱਤਾ, ਇਸ ਗੀਤ ਦਾ ਮਿਊਜ਼ਿਕ ਵੀ ਤੁਸੀਂ ਦਿੱਤਾ। ਹਾਂਜੀ ਹਾਂਜੀ, ਇਹ ਗਾਣਾ ਅਸੀਂ ਮੈਨੂੰ ਲੱਗਦਾ ਮੈਂ ਅਤੇ ਭਰਾ ਉਦੋਂ ਨਵੇਂ ਨਵੇਂ ਆਏ ਸੀ ਇੱਥੇ, ਅਤੇ ਉਦੋਂ ਅਸੀਂ ਬਣਾਇਆ ਸੀਗਾ ਮਤਲਬ, ਅਤੇ ਉਦੋਂ ਜਦੋਂ ਮਿਊਜ਼ਿਕ ਬਣਿਆ ਸੀ ਉਸ ਟਾਈਮ 'ਤੇ, ਅਤੇ ਅਸੀਂ ਹੁਣ ਜਦੋਂ ਰਿਲੀਜ਼ ਕਰਨਾ ਸੀ ਗਾਣਾ 2 ਸਾਲ ਬਾਅਦ, ਅਤੇ ਸਾਨੂੰ ਪਹਿਲਾਂ ਲੱਗਿਆ ਕਿ ਯਾਰ 2 ਸਾਲ ਪੁਰਾਣਾ ਮਿਊਜ਼ਿਕ ਹੈ, ਹੁਣ ਕਾਫੀ ਇੰਪਰੂਵਮੈਂਟ ਆ ਗਈ ਹੈਗੀ ਆਪਣੇ ਵਿੱਚ ਵੀ, ਅਤੇ ਇਹਨੂੰ ਦੁਬਾਰਾ ਤੋਂ ਬਣਾਉਂਦੇ ਹਾਂ, ਬਟ ਅਸੀਂ ਮਾੜਾ ਮੋਟਾ ਬਣਾਇਆ ਪਰ ਵਧੀਆ ਲੱਗਿਆ ਸੀ, ਉਹੀ ਓਰੀਜਨਲ ਵਾਲਾ ਵਰਜਨ ਰੱਖਿਆ ਇਹਦੇ ਵਿੱਚ। ਬਹੁਤ ਸਾਰੀਆਂ ਚੀਜ਼ਾਂ 'ਤੇ ਅਸੀਂ ਕਿਸੇ ਪਰਸਨ ਨੂੰ ਉੱਥੇ ਹੀ ਛੱਡ ਦਿੰਦੇ ਹਾਂ ਕਿ ਸ਼ਾਇਦ ਉਹਨੂੰ ਹੁਣ ਸਮਝ ਨਹੀਂ ਆ ਰਿਹਾ ਕਿ ਉਹਦੇ ਲਈ ਕੀ ਠੀਕ ਹੈ, ਸ਼ਾਇਦ ਉਹ ਕਿਤੇ ਕਿਤੇ ਤੁਹਾਨੂੰ ਵੀ ਗਲਤ ਸਮਝਦਾ, ਫਿਰ ਤੁਸੀਂ ਉਸ ਚੀਜ਼ ਨੂੰ ਐਜ਼ ਆ ਬੌਸ ਕਿਵੇਂ ਲੈਂਦੇ ਹੋ? ਮੈਨੂੰ ਲੱਗਦਾ ਮੈਂ ਆਪਣੇ ਆਪ ਨੂੰ ਬੌਸ ਸਮਝਿਆ ਹੀ ਨਹੀਂ ਕਦੇ, ਮੈਂ ਹਮੇਸ਼ਾ ਇਹ ਸਮਝਿਆ ਕਿ ਇਹ ਮੇਰੇ ਬੱਚੇ ਨੇ ਅਤੇ ਮੈਂ ਇਹਨਾਂ ਦੀ ਮਾਂ, ਮੈਂ ਇਹਨਾਂ ਨੂੰ ਕੁਛ ਵੀ ਕਹਿ ਸਕਦੀ ਹਾਂ, ਜੇ ਇਹ 10 ਵਾਰ ਵੀ ਨਹੀਂ ਸਮਝਣਗੇ ਤਾਂ ਮੈਂ 11ਵੀਂ ਵਾਰ ਵੀ ਬੋਲੂੰਗੀ ਭਾਵੇਂ ਉਹ ਮੈਨੂੰ ਬੁਰਾ ਸਮਝਣ, ਕਿਉਂਕਿ ਮੈਂ ਜਦੋਂ ਮਾਂ ਬਣ ਜਾਂਦਾ ਨਾ ਬੰਦਾ ਫਿਰ ਮਾਈਂਡ ਨਹੀਂ ਕਰਦਾ, ਉਹ ਗੱਲ ਖਤਮ ਹੋ ਜਾਂਦੀ ਹੈ ਉੱਥੇ, ਚਾਹੇ ਮੇਰੀ ਡਿਸਰਿਸਪੈਕਟ ਵੀ ਕਰਨ, ਚਾਹੇ ਮੇਰੀ ਗੱਲ ਨਾ ਮੰਨਣ, ਪਰ ਜਿੱਥੇ ਮੈਨੂੰ ਇਹ ਲੱਗੂਗਾ ਵੀ ਇਹ ਗੱਲ 'ਚ ਇਹਨਾਂ ਦਾ ਨੁਕਸਾਨ ਹੋਊਗਾ, ਚਾਹੇ ਮੈਨੂੰ ਜਿੰਨਾ ਮਰਜ਼ੀ ਬੁਰਾ ਬਣਨਾ ਪਵੇ ਮੈਂ ਬਣੂੰਗੀ। ਅਸਮੀਤ, ਤੁਸੀਂ ਫੀਚਰ ਕਰ ਰਹੇ ਹੋ ਆਲ ਬੋਇਜ਼ ਆਰ ਸੇਮ, ਤੁਹਾਡੇ ਲਈ ਕਿਉਂ ਖਾਸ ਹੈ? ਜਦੋਂ ਮੈਂ ਪਹਿਲੀ ਵਾਰੀ ਸੁਣਿਆ ਸੀਗਾ ਮੈਨੂੰ ਭਾਬੀ ਜੀ ਨੇ ਭੇਜਿਆ ਸੀਗਾ, ਮੈਨੂੰ ਉਦੋਂ ਹੀ ਸੁਣਦੇ ਬਹੁਤ ਵਧੀਆ ਲੱਗਿਆ ਸੀਗਾ, ਅਤੇ ਫਿਰ ਬਸ ਫਿਰ ਭਾਬੀ ਜੀ ਨੇ ਕਿਹਾ ਕਿ ਕਰਨਾ ਚਾਹੀਦਾ, ਵਧੀਆ ਹੈ, ਮੈਨੂੰ ਵੀ ਬਹੁਤ ਵਧੀਆ ਲੱਗਿਆ ਸੀਗਾ। ਮੈਮ, ਰਿਲੇਸ਼ਨਸ਼ਿਪ ਦੇ ਵਿੱਚ ਸਭ ਤੋਂ ਇੰਪੋਰਟੈਂਟ ਤੁਸੀਂ ਕੀ ਮੰਨਦੇ ਹੋ? ਯਕੀਨ ਹੀ ਹੁੰਦਾ ਮੈਨੂੰ ਲੱਗਦਾ, ਇੱਕ ਯਕੀਨ ਹੁੰਦਾ ਅਤੇ ਇੱਕ ਸਪੇਸ ਹੁੰਦੀ ਹੈ ਕਿ ਤੁਸੀਂ ਆਪਣੇ ਪਾਰਟਨਰ 'ਤੇ ਯਕੀਨ ਕਰੋ, ਦੂਸਰਾ ਉਹਨੂੰ ਸਪੇਸ ਜ਼ਰੂਰ ਦਿਓ। ਜੇ ਤੁਸੀਂ ਕਿਸੇ ਨੂੰ ਬੰਨ ਕੇ ਰੱਖਦੇ ਹੋ ਤਾਂ ਤੁਹਾਡੇ ਕੋਲ ਉਹ ਨਹੀਂ ਰਹਿੰਦਾ, ਜੇ ਤੁਸੀਂ ਉਹਨੂੰ ਸਪੇਸ ਦਿੰਦੇ ਹੋ ਹਰ ਇੱਕ ਚੀਜ਼ ਦੇ ਵਿੱਚ, ਫਿਰ ਉਹਦਾ ਦਿਲ ਕਰਦਾ ਤੁਹਾਡੇ ਕੋਲ ਆਉਣ ਲਈ। ਬਸ ਉਹੀ ਗੱਲ ਆ, ਟਰੱਸਟ ਦੀ ਗੱਲ ਆ, ਕਿਉਂਕਿ ਮੈਨੂੰ ਲੱਗਦਾ ਜੇ ਟਰੱਸਟ ਹੈਗਾ ਫਿਰ ਕਿਸੇ ਹੋਰ ਚੀਜ਼ ਦੀ ਨੌਬਤ ਹੀ ਨਹੀਂ ਆਉਂਦੀ, ਕਿਸੇ ਹੋਰ ਗੱਲ ਦੀ ਕਿ ਲੜਾਈ ਹੋਵੇ ਜਾਂ ਕੁਛ ਵੀ ਹੋਵੇ, ਮੈਨੂੰ ਲੱਗਦਾ ਰਿਲੇਸ਼ਨਸ਼ਿਪ ਜੇ ਤੁਹਾਡਾ ਟਰੱਸਟ ਹੈਗਾ ਫਿਰ ਅੱਗੇ ਕੋਈ ਗੱਲ ਹੀ ਨਹੀਂ ਰਹਿੰਦੀ। ਇੱਦਾਂ ਕਦੀ ਸੋਚਿਆ ਮੇਰੇ ਨਾਲ ਲਿਖਿਆ ਹੋਇਆ ਕੋਈ ਇਹ ਸਿੰਗਰ ਗਾਵੇ? ਹਾਂਜੀ, ਸੋਚਿਆ ਤਾਂ ਹੈਗਾ ਕਾਫੀ ਆ ਮਤਲਬ, ਪਰ ਹੋ ਹੀ ਜਾਂਦਾ ਹੌਲੀ ਹੌਲੀ, ਤੇ ਹਾਂਜੀ ਹੁਣ ਮੈਂ ਨਾਮ ਹੀ ਲਊਂਗਾ, ਜਿੰਨੇ ਗਾਉਣ ਮੇਰੇ ਲਈ ਤਾਂ ਵਧੀਆ, ਮੈਂ ਤਾਂ ਕਹਿਣਾ ਭਾਵੇਂ ਨਵਾਂ ਹੋਏ ਜਾਂ ਪੁਰਾਣੇ ਹੋਣ, ਉਹ ਤਾਂ ਮੇਰੇ ਲਈ ਵਧੀਆ ਗੱਲ ਆ, ਮੇਰੇ ਲਈ ਮਾਣ ਵਾਲੀ ਗੱਲ ਹੋਊਗੀ। ਕੁੜੀਆਂ ਹੀ ਮੈਂ ਜ਼ਿਆਦਾਤਰ ਕਹਿੰਦੇ ਹੋਏ ਸੁਣਿਆ, ਉਹ ਕਹਿੰਦੀਆਂ ਹੁੰਦੀਆਂ ਕਿ ਸਾਰੇ ਮੁੰਡੇ ਇੱਕੋ ਜਿਹੇ ਹੁੰਦੇ। ਹੋ ਹੀ ਨਹੀਂ ਸਕਦਾ ਇੱਕੋ ਜਿਹੇ ਸਾਰੇ ਮੁੰਡੇ, ਕਿਵੇਂ ਹੋ ਜਾਣਗੇ, ਮੈਨੂੰ ਨਹੀਂ ਲੱਗਦਾ ਹੁੰਦੇ। ਤੁਸੀਂ ਕੀ ਸੋਚਦੇ ਹੋ, ਸਾਰੇ ਮੁੰਡੇ ਇੱਕੋ ਜਿਹੇ ਹੁੰਦੇ ਆ ਕਿ ਨਹੀਂ? ਡਿਪੈਂਡ ਕਰਦਾ, ਮੈਨੂੰ ਲੱਗਦਾ ਕਈ ਵਾਰ ਸਾਹਮਣੇ ਵਾਲੇ 'ਤੇ ਵੀ ਡਿਪੈਂਡ ਕਰਦਾ ਹੁੰਦਾ ਕਿ ਤੁਹਾਡਾ ਪਾਰਟਨਰ ਕਿੱਦਾਂ ਦਾ, ਜਾਂ ਫਿਰ ਕੀ ਪਤਾ ਕਈ ਵਾਰ ਬੰਦਾ ਵੈਸੇ ਹੀ ਬਦਲ ਜਾਂਦਾ, ਪਰ ਮੈਨੂੰ ਲੱਗਦਾ ਡਿਪੈਂਡ ਕਰਦਾ, ਸਾਰੇ ਇੱਕੋ ਜਿਹੇ ਹੁੰਦੇ ਵੀ ਨਹੀਂ ਆ ਅਤੇ ਕੋਈ ਹੁੰਦੇ ਵੀ ਆ ਕੋਈ ਨਹੀਂ ਵੀ ਹੁੰਦੇ, ਬਾਕੀ ਮੈਨੂੰ ਲੱਗਦਾ ਤੁਹਾਨੂੰ ਗਾਣੇ ਤੋਂ ਜ਼ਿਆਦਾ ਪਤਾ ਲੱਗ ਜਾਏਗਾ। ਆਲ ਬੋਇਜ਼ ਆਰ ਤੁਹਾਡੇ ਲਈ ਕਿਉਂ ਖਾਸ ਰਹੇਗਾ, ਔਰ ਸਾਰੇ ਫੈਨਸ ਨੂੰ ਇਹ ਗਾਣਾ ਕੀ ਸਪੈਸ਼ਲ ਸੁਨੇਹਾ ਦੇ ਰਿਹਾ? ਉਹੀ ਆ ਵੀ ਅੱਜ ਕੱਲ੍ਹ, ਹਾਂ ਇੱਕ ਚੀਜ਼ ਤੁਹਾਨੂੰ ਇੱਕ ਅਲੱਗ ਮਿਲੂਗਾ ਦੇਖਣ ਨੂੰ, ਕਿ ਜਿਹੜੀਆਂ ਕੰਸੈਪਚੁਅਲ ਵੀਡੀਓਜ਼ ਹੁੰਦੀਆਂ ਨੇ ਹੁਣ ਆਪਾਂ ਨੂੰ ਨਹੀਂ ਦੇਖਣ ਨੂੰ ਮਿਲਦੀਆਂ, ਅੱਜ ਕੱਲ੍ਹ ਜ਼ਿਆਦਾ ਸਿੰਕ ਬੇਸ ਚੱਲਦਾ ਹੈ ਨਾ, ਅਤੇ ਜਿਵੇਂ ਪਹਿਲਾਂ ਚੱਲਦੀਆਂ ਹੁੰਦੀਆਂ ਸੀ ਪ੍ਰੋਪਰ ਸਟੋਰੀ ਵਿੱਚ ਡਾਇਲੋਗ ਐਂਡ ਆਲ, ਉਹ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੇਗਾ, ਕਿਉਂਕਿ ਹੁਣ ਜਿੰਨਿਆਂ ਨੇ ਵੀ ਟੀਜ਼ਰ ਦੇਖਿਆ ਜ਼ਿਆਦਾਤਰ ਲੋਕ ਇਹੀ ਕਹਿ ਰਹੇ ਨੇ ਵੀ ਸ਼ਾਰਟ ਫਿਲਮ ਹੀ ਲੱਗਦੀ ਹੈ, ਹਾਂ ਇਹ ਚੀਜ਼ ਤੁਹਾਨੂੰ ਇੱਕ ਤਾਂ ਦੇਖਣ ਨੂੰ ਮਿਲੇਗੀ, ਦੁਬਾਰਾ ਸ਼ਾਇਦ ਕੀ ਪਤਾ ਦੁਬਾਰਾ ਇੱਦਾਂ ਦੀਆਂ ਵੀਡੀਓਜ਼ ਬਣਨ ਲੱਗ ਜਾਣ, ਅਤੇ ਬਾਕੀ ਹਾਂ ਵੀ ਮੁੰਡੇ ਰਿਲੇਟ ਕਰਨਗੇ ਇੱਕ ਦੂਜੇ ਨਾਲ, ਕੁੜੀਆਂ ਵੀ ਕਰ ਲੈਣਗੀਆਂ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ, ਮੈਂ ਜਸਵਿੰਦਰ ਕੌਰ ਔਰ ਤੁਸੀਂ ਦੇਖ ਰਹੇ ਹੋ ਸਿਨੇ ਪੰਜਾਬੀ। ਜਿਸ ਤਰ੍ਹਾਂ ਅਸੀਂ ਅਕਸਰ ਹੀ ਗੱਲ ਕਰਦੇ ਹਾਂ ਕਿ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਇੰਨੇ ਖੂਬਸੂਰਤ ਗੀਤ ਵੀ ਬਣਦੇ ਆ ਜਿਨ੍ਹਾਂ ਦੀਆਂ ਕਹਾਣੀਆਂ ਆਪਣੇ ਆਪ ਦੇ ਵਿੱਚ ਬਹੁਤ ਕੁਛ ਬਿਆਨ ਕਰਦੀਆਂ, ਅਗਰ ਅਸੀਂ ਉਹਨਾਂ ਗੀਤਾਂ ਦੇ ਨਾਮ ਦੀ ਵੀ ਗੱਲ ਕਰੀਏ ਤਾਂ ਉਸਨੂੰ ਪੜ੍ਹਨ ਤੋਂ ਬਾਅਦ ਕੋਈ ਨਾ ਕੋਈ ਰਿਲੇਟ ਕਰਕੇ ਸੋਚਦਾ ਕਿ ਇਹ ਕੀ ਕਹਿਣਾ ਚਾਹ ਰਿਹਾ। ਇੱਕ ਬੜਾ ਹੀ ਖੂਬਸੂਰਤ ਗੀਤ ਹੈ ਜੋ ਬਹੁਤ ਜਲਦੀ ਰਿਲੀਜ਼ ਹੋਣ ਵਾਲਾ ਹੈ, ਟੀਜ਼ਰ ਉਸ ਗੀਤ ਦਾ ਤੁਹਾਡੇ ਮਨ ਦੇ ਵਿੱਚ ਸਸਪੈਂਸ ਜ਼ਰੂਰ ਕ੍ਰੀਏਟ ਕਰਦਾ। ਗਾਇਕ ਅਸੀਂ ਜੇ ਉਹਨਾਂ ਦੀ ਗੱਲ ਕਰੀਏ ਤਾਂ ਉਹ ਪਹਿਲਾਂ ਵੀ ਖੂਬਸੂਰਤ ਗੀਤ ਗਾ ਚੁੱਕੇ ਆ ਪੰਜਾਬੀ ਇੰਡਸਟਰੀ ਦੇ ਵਿੱਚ, ਔਰ ਇਸ ਗੀਤ ਦੀ ਖੂਬਸੂਰਤ ਜਿਹੀ ਕਹਾਣੀ ਦੇ ਵਿੱਚ ਸਾਨੂੰ ਜਿਹੜੇ ਕਿਰਦਾਰ ਵੀ ਨਜ਼ਰ ਆਉਣ ਵਾਲੇ ਆ ਉਹਨਾਂ ਨੇ ਵੀ ਬਹੁਤ ਸੋਹਣਾ ਕੰਮ ਕੀਤਾ ਹੋਏਗਾ, ਟੀਜ਼ਰ ਨੂੰ ਦੇਖਣ ਤੋਂ ਬਾਅਦ ਅਜਿਹਾ ਲੱਗਦਾ। ਸੋ ਇਸ ਕਹਾਣੀ ਨੂੰ ਖੂਬਸੂਰਤ ਤਰੀਕੇ ਨਾਲ ਕਹਿਣ ਵਾਲੇ ਪ੍ਰੀਤ ਮੈਮ ਵੀ ਸਾਡੇ ਨਾਲ ਮੌਜੂਦ ਨੇ, ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ।
ਦਾ ਆਲ ਬੋਇਜ਼ ਆਰ ਸੇਮ ਦੀ ਜਿਹੜੀ ਪੂਰੀ ਦੀ ਪੂਰੀ ਟੀਮ ਹੈ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਭ ਤੋਂ ਪਹਿਲਾ ਸਵਾਲ ਮੈਮ ਤੁਹਾਡੇ ਤੋਂ ਹੈ ਮੇਰਾ ਸੋ ਇਸ ਗੀਤ ਦੀ ਕਹਾਣੀ ਨੂੰ ਟੀਜ਼ਰ ਦੇ ਵਿੱਚ ਜਦੋਂ ਅਸੀਂ ਦੇਖਿਆ ਮਤਲਬ ਪੂਰਾ ਹਲੇ ਰਿਵੀਲ ਨਹੀਂ ਹੁੰਦਾ ਹਰ ਕੋਈ ਸੋਚਦਾ ਕੀ ਹੋਏਗਾ ਕੀ ਹੋਏਗਾ ਸੋ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਇਸ ਗੀਤ ਦੇ ਜ਼ਰੀਏ ਇੰਨਾ ਤਾਂ ਨਹੀਂ ਮੈਨੂੰ ਪਤਾ ਪਰ ਮੈਂ ਸੁਣਿਆ ਬਹੁਤ ਹੈ ਇਹਨੂੰ ਬਣੇ ਨੂੰ ਕਾਫੀ ਟਾਈਮ ਹੋ ਗਿਆ 2-3 ਸਾਲ ਹੋ ਗਏ ਗਾਣਾ ਬਣੇ ਨੂੰ ਜਦੋਂ ਦਾ ਬਣਿਆ ਮਤਲਬ ਉਦੋਂ ਦਾ ਬਹੁਤ ਜ਼ਿਆਦਾ ਸੁਣਿਆ ਮੈਂ ਮੇਰਾ ਤਾਂ ਫੇਵਰੇਟ ਹੈ ਇਹਦਾ ਪ੍ਰਭ ਦਾ ਇਹ ਵਾਲਾ ਗਾਣਾ ਪ੍ਰਭ ਦੇ ਸਾਰੇ ਗਾਣੇ ਬਹੁਤ ਵਧੀਆ ਨੇ ਜਿੰਨੇ ਰਿਲੀਜ਼ ਹੋਏ ਨੇ ਜਿੰਨੇ ਅਨਰਿਲੀਜ਼ਡ ਨੇ ਬਹੁਤ ਵਧੀਆ ਗਾਣੇ ਨੇ ਅੱਗੇ ਵੀ ਜਿਹੜੇ ਆਉਣ ਵਾਲੇ ਨੇ ਇਹਦੀ ਇਹ ਨਾ ਆਪਣੇ ਆਪ 'ਚ ਸਟੋਰੀ ਬਣਾ ਦਿੰਦਾ ਜਦੋਂ ਗਾਣਾ ਲਿਖਦਾ ਉਹਦੇ 'ਤੇ ਇੰਨੀ ਮਿਹਨਤ ਨਹੀਂ ਕਰਨੀ ਪੈਂਦੀ ਹੈਗੀ ਉਹਨੂੰ ਇੱਕ ਦੋ ਵਾਰੀ ਸੁਣੋ ਤੁਸੀਂ ਤੁਹਾਡੇ ਦਿਮਾਗ 'ਚ ਆਪੇ ਹੀ ਸਟੋਰੀ ਚੱਲਣ ਲੱਗ ਜਾਂਦੀ ਆ ਤੇ ਇਹ ਤਾਂ ਫਿਰ ਹੁਣ ਜਦੋਂ ਵੀਡੀਓ ਆ ਜਾਊਗਾ ਉਦੋਂ ਹੀ ਪਤਾ ਲੱਗੂਗਾ ਕਿ ਨਵਜੋਤ ਕੀ ਕਰਦੀ ਹੈ ਜਾਂ ਪ੍ਰਭ ਨੇ ਕੀ ਕੀਤਾ ਜਾਂ ਚੇਤ ਨੇ ਕੀ ਕੀਤਾ ਜਾਂ ਸਮੀਤ ਨੇ ਕੀ ਕੀਤਾ ਇਹ ਤਾਂ ਫਿਰ ਹੁਣ ਗਾਣਾ ਆਉਣ ਤੋਂ ਬਾਅਦ ਹੀ ਪਤਾ ਲੱਗੂਗਾ ਹਾਂ ਮਤਲਬ ਉਹਦਾ ਤੇ ਵੇਟ ਹਾਂਜੀ ਹਾਂਜੀ ਪ੍ਰਭ ਨਾਲ ਗੱਲ ਕਰਦੇ ਹਾਂ ਪ੍ਰਭ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਮੈਡਮ ਬਹੁਤ ਤਾਰੀਫ ਕਰ ਰਹੇ ਆ ਤੁਹਾਡੀ ਰਾਈਟਿੰਗ ਦੀ ਔਰ ਤੁਹਾਨੂੰ ਅਸੀਂ ਸੁਣਦੇ ਆਏ ਹਾਂ ਆਲ ਬੋਇਜ਼ ਆਰ ਸੇਮ ਐਜ਼ ਅ ਬੋਏ ਜਦੋਂ ਤੁਸੀਂ ਇਹ ਸੁਣਦੇ ਹੋ ਤਾਂ ਤੁਸੀਂ ਕੀ ਸੋਚਦੇ ਹੋ ਆਲ ਬੋਇਜ਼ ਆਰ ਸੇਮ ਵੈਸੇ ਕੋਈ ਬੜੀ ਨਵੀਂ ਗੱਲ ਨਹੀਂ ਹੈਗੀ ਇਹ ਜਦੋਂ ਗਾਣਾ ਲਿਖਿਆ ਸੀਗਾ ਉਹੀ ਇੱਕ ਚੀਜ਼ ਸੀਗੀ ਵੀ ਆਪਾਂ ਅਕਸਰ ਸੁਣਿਆ ਹੋਣਾ ਕੁੜੀਆਂ ਦੇ ਮੂੰਹੋਂ ਜਾਂ ਵੀ ਸਾਰੇ ਮੁੰਡੇ ਇੱਕੋ ਜਿਹੇ ਹੁੰਦੇ ਨੇ ਉਹ ਗੱਲ ਦਿਮਾਗ 'ਚ ਬਹਿ ਗਈ ਸੀ ਅਤੇ ਉਹ ਫਿਰ ਲਿਖਤੀ ਫਿਰ ਅਤੇ ਬਾਕੀ ਇਹ ਕੋਈ ਹੈ ਵੀ ਪਰਸੈਪਸ਼ਨ ਨਹੀਂ ਹੈਗੀ ਕੋਈ ਫੈਕਟ ਨਹੀਂ ਹੈਗਾ ਕਿ ਇੱਦਾਂ ਹੀ ਹੁੰਦਾ ਬਸ ਇੱਕ ਕੋਮਨ ਫਰੇਜ਼ ਬਣ ਜਾਂਦਾ ਵਾ ਅਤੇ ਬਾਕੀ ਜਦੋਂ ਤੁਸੀਂ ਗਾਣਾ ਸੁਣੋਗੇ ਤੁਹਾਨੂੰ ਉਹ ਜਸਟੀਫਾਈ ਹੋ ਜਾਊਗਾ ਕਲੈਰੀਫਾਈ ਹੋ ਜਾਊਗਾ ਕਿ ਮੇਰੀ ਪਰਸੈਪਸ਼ਨ ਉਹਦੇ ਬਾਰੇ ਕੀ ਆ ਨਹੀਂ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹਾਂ ਇਸ ਬਾਰੇ ਆਪਾਂ ਅਕਸਰ ਹੀ ਗੱਲ ਕਰਦੇ ਹਾਂ ਪਰ ਕੁੜੀਆਂ ਵੀ ਇਹ ਕਹਿ ਦਿੰਦੀਆਂ ਕਿ ਨਹੀਂ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਮੁੰਡੇ ਇੱਦਾਂ ਦੇ ਹੁੰਦੇ ਆ ਐਜ਼ ਆ ਗਰਲ ਹੋ ਕੇ ਵੀ ਅਸੀਂ ਇਹ ਗੱਲ ਕਹਿ ਦਿੰਦੇ ਹਾਂ ਸੋ ਹੁਣ ਆਪਾਂ ਉੱਧਰ ਜਾਂਦੇ ਹਾਂ ਚੇਤ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਗੀਤ ਦੇ ਬਾਰੇ ਤੁਸੀਂ ਫੀਚਰਿੰਗ ਬੇਸ਼ੱਕ ਇਸ ਦੇ ਵਿੱਚ ਕੀਤੀ ਹੈ ਲੇਕਿਨ ਬਹੁਤ ਸਾਰੇ ਗਾਣਿਆਂ ਦਾ ਮਿਊਜ਼ਿਕ ਵੀ ਦਿੱਤਾ ਇਸ ਗੀਤ ਦਾ ਮਿਊਜ਼ਿਕ ਵੀ ਤੁਸੀਂ ਦਿੱਤਾ ਹਾਂਜੀ ਹਾਂਜੀ ਇਹ ਗਾਣਾ ਅਸੀਂ ਮੈਨੂੰ ਲੱਗਦਾ ਮੈਂ ਤੇ ਪ੍ਰਭ ਉਦੋਂ ਨਵੇਂ ਨਵੇਂ ਆਏ ਸੀ ਇੱਥੇ ਅਤੇ ਉਦੋਂ ਅਸੀਂ ਬਣਾਇਆ ਸੀਗਾ ਮਤਲਬ ਅਤੇ ਉਦੋਂ ਜਦੋਂ ਮਿਊਜ਼ਿਕ ਬਣਿਆ ਸੀ ਉਸ ਟਾਈਮ 'ਤੇ ਅਤੇ ਅਸੀਂ ਹੁਣ ਜਦੋਂ ਰਿਲੀਜ਼ ਕਰਨਾ ਸੀ ਗਾਣਾ 2 ਸਾਲ ਬਾਅਦ ਅਤੇ ਸਾਨੂੰ ਪਹਿਲਾਂ ਲੱਗਿਆ ਕਿ ਯਾਰ 2 ਸਾਲ ਪੁਰਾਣਾ ਮਿਊਜ਼ਿਕ ਹੈ ਹੁਣ ਕਾਫੀ ਇੰਪਰੂਵਮੈਂਟ ਆ ਗਈ ਹੈਗੀ ਆਪਣੇ ਵਿੱਚ ਵੀ ਅਤੇ ਇਹਨੂੰ ਦੁਬਾਰਾ ਤੋਂ ਬਣਾਉਂਦੇ ਹਾਂ ਬਟ ਅਸੀਂ ਮਾੜਾ ਮੋਟਾ ਬਣਾਇਆ ਪਰ ਉਹ ਵਧੀਆ ਲੱਗਿਆ ਸੀ ਉਹੀ ਓਰੀਜਨਲ ਵਾਲਾ ਵਰਜ਼ਨ ਰੱਖਿਆ ਇਹਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਸੀਗਾ ਅਤੇ ਉਹ ਸਭ ਤੋਂ ਵਧੀਆ ਉਹੀ ਲੱਗ ਰਿਹਾ ਸੀ ਸਾਰਿਆਂ ਨੂੰ ਮਤਲਬ ਤੁਸੀਂ ਦੁਬਾਰਾ ਰੀਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਕਹਿੰਦੇ ਆ ਨਾ ਕੁਛ ਚੀਜ਼ਾਂ ਸਮੇਂ ਤੋਂ ਪਹਿਲਾਂ ਬਣ ਜਾਂਦੀਆਂ ਸ਼ਾਇਦ ਇਹ ਗੀਤ ਕੁਛ ਅਜਿਹਾ ਸੀਗਾ ਸੋ ਹੁਣ ਨਵਜੋਤ ਤੋਂ ਮਾਫੀ ਮੰਗਦੇ ਹੋਏ ਮੈਂ ਅਸਮੀਤ ਤੋਂ ਪਹਿਲੇ ਸਵਾਲ ਪੁੱਛਣਾ ਚਾਹੂੰਗੀ ਅਸਮੀਤ ਤੁਸੀਂ ਫੀਚਰ ਕਰ ਰਹੇ ਹੋ ਬੜੇ ਪਿਆਰੇ ਲੱਗ ਰਹੇ ਹੋ ਤੁਸੀਂ ਖੁਦ ਗਾਉਂਦੇ ਵੀ ਹੋ ਸੋ ਇਸ ਗੀਤ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਲ ਬੋਇਜ਼ ਆਰ ਸੇਮ ਤੁਹਾਡੇ ਲਈ ਕਿਉਂ ਖਾਸ ਹੈ ਜਦੋਂ ਮੈਂ ਪਹਿਲੀ ਵਾਰੀ ਸੁਣਿਆ ਸੀਗਾ ਮੈਨੂੰ ਭਾਬੀ ਜੀ ਨੇ ਭੇਜਿਆ ਸੀਗਾ ਮੈਨੂੰ ਉਦੋਂ ਹੀ ਸੁਣਦੇ ਬਹੁਤ ਵਧੀਆ ਲੱਗਿਆ ਸੀਗਾ ਅਤੇ ਫਿਰ ਬਸ ਫਿਰ ਭਾਬੀ ਜੀ ਨੇ ਕਿਹਾ ਕਿ ਕਰਨਾ ਚਾਹੀਦਾ ਵਧੀਆ ਹੈ ਮੈਨੂੰ ਵੀ ਬਹੁਤ ਵਧੀਆ ਲੱਗਿਆ ਸੀਗਾ ਅਤੇ ਇਹਦਾ ਕਨਸੈਪਟ ਵੀ ਬਹੁਤ ਵਧੀਆ ਯੂਨੀਕ ਜਿਹਾ ਅਤੇ ਬਸ ਇਨਫ ਹੈ ਹਾਂਜੀ ਨਵਜੋਤ ਹੁਣ ਤੁਹਾਡੇ 'ਤੇ ਆਉਂਦੇ ਹਾਂ ਸੋ ਟੀਜ਼ਰ ਦੀ ਜਦੋਂ ਸ਼ੁਰੂਆਤ ਹੁੰਦੀ ਹੈ ਤੁਹਾਡਾ ਇੱਕ ਕਰੈਕਟਰ ਦਾ ਰੂਪ ਸਾਨੂੰ ਨਜ਼ਰ ਆਉਂਦਾ ਸੋ ਪਲੇ ਕਰਨਾ ਈਜ਼ੀ ਸੀ ਉਹ ਕਰੈਕਟਰ ਆ ਜਦੋਂ ਮੈਨੂੰ ਲੱਗਦਾ ਜਦੋਂ ਇੱਕ ਐਕਟਰ ਹੁੰਦਾ ਉਹਦੇ ਲਈ ਬਹੁਤ ਚੀਜ਼ਾਂ ਹਰ ਕਰੈਕਟਰ ਨੂੰ ਨਿਭਾਉਣਾ ਆਉਣਾ ਚਾਹੀਦਾ ਮੈਨੂੰ ਲੱਗਦਾ ਹਾਂ ਔਖਾ ਹੁੰਦਾ ਕਿਉਂਕਿ ਤੁਸੀਂ ਬਿਲਕੁਲ ਡਿਫਰੈਂਟ ਹੁੰਦੇ ਹੋ ਕਈ ਵਾਰ ਅਤੇ ਤੁਹਾਨੂੰ ਜਦੋਂ ਕਰਨਾ ਪੈਂਦਾ ਤੁਸੀਂ ਉਸ ਟਾਈਮ ਸੋਚਦੇ ਹੋ ਕਿ ਹਾਂ ਮੈਂ ਕਰ ਪਾਊਂਗੀ ਜਾਂ ਨਹੀਂ ਕਰ ਪਾਊਂਗੀ ਜਦੋਂ ਮੈਨੂੰ ਪਹਿਲੀ ਵਾਰ ਮੈਮ ਨੇ ਕਾਲ ਕੀਤਾ ਸੀਗਾ ਗਾਣੇ ਦੇ ਲਈ ਸੋ ਉਦੋਂ ਮੈਨੂੰ ਪਤਾ ਨਹੀਂ ਸੀਗਾ ਕੀ ਆ ਔਰ ਬਟ ਹਾਂ ਮੈਨੂੰ ਇੰਨਾ ਸੀਗਾ ਕਿ ਮੈਮ ਨੇ ਕਿਹਾ ਕਿ ਤੂੰ ਟਰਸਟ ਕਰ ਤੂੰ ਬਹੁਤ ਸੋਹਣਾ ਕਰੇਂਗੀ ਔਰ ਮੈਂ ਚਾਹੁੰਦੀ ਹਾਂ ਤੂੰ ਇਹ ਕਰੇ ਸੋ ਮੈਨੂੰ ਸੀਗਾ ਠੀਕ ਹੈ ਹੁਣ ਮੈਨੂੰ ਕੋਈ ਚੱਕਰ ਨਹੀਂ ਆ ਹੁਣ ਮੈਂ ਕਰ ਲੂੰਗੀ ਫਿਰ ਤਾਂ ਕਰਕੇ ਮੈਂ ਕਿਹਾ ਸੀ ਕੀਤਾ ਸੀਗਾ ਮੈਮ ਮੇਰਾ ਸਵਾਲ ਲੱਗ ਰਿਹਾ ਤੁਹਾਡੇ ਤੋਂ ਹੈ ਤੁਸੀਂ ਆਪਣੇ ਆਰਟਿਸਟਾਂ ਦੇ ਬਾਰੇ ਬਹੁਤ ਬਾਖੂਬੀ ਜਾਣਦੇ ਹੋ ਬਾਰੀਕੀ ਨਾਲ ਸ਼ਾਇਦ ਤੁਹਾਨੂੰ ਪਤਾ ਕਿ ਕੀ ਤੋਂ ਕਿਹੜਾ ਕੰਮ ਕਰਵਾਇਆ ਜਾ ਸਕਦਾ ਤੁਸੀਂ ਪ੍ਰਭ ਦੇ ਪਹਿਲਾਂ ਸੁਣੇ ਹੋਏ ਗੀਤਾਂ ਦੀ ਵੀ ਤਾਰੀਫ ਕੀਤੀ ਹੈ ਸੋ ਤੁਸੀਂ ਐਜ਼ ਅ ਪਰਸਨ ਅਗਰ ਮੈਂ ਗੱਲ ਕਰਾਂ ਸ਼ਾਇਦ ਆਪਣਾ ਬੈਕਗਰਾਊਂਡ ਨਹੀਂ ਹੁੰਦਾ ਸੋਚਿਆ ਵੀ ਨਹੀਂ ਹੁੰਦਾ ਕਿ ਅਸੀਂ ਇਸ ਇੰਡਸਟਰੀ ਦੇ ਨਾਲ ਜੁੜ ਜਾਵਾਂਗੇ ਲੇਕਿਨ ਹੁਣ ਇੰਨੀ ਬਾਰੀਕੀ ਦੇ ਨਾਲ ਚੀਜ਼ਾਂ ਨੂੰ ਸਮਝ ਰਹੇ ਹੋ ਕੀ ਤੁਹਾਡੇ ਲਈ ਇਹ ਸ਼ੁਰੂਆਤ ਜਿਹੜੀ ਸੀ ਈਜ਼ੀ ਸੀ ਕਿਉਂਕਿ ਚਾਹੇ ਆਪਾਂ ਮੈਂ ਮਤਲਬ ਆਫਿਸ ਆਉਣਾ ਤਾਂ 5-6 ਸਾਲ ਪਹਿਲਾਂ ਹੀ ਸ਼ੁਰੂ ਕੀਤਾ ਬੱਚਿਆਂ ਕਰਕੇ ਪਰ ਆਪਾਂ ਸ਼ੁਰੂ ਤੋਂ ਹੀ ਜੁੜੇ ਹੁੰਦੇ ਹਾਂ ਜਦੋਂ ਤੁਹਾਡੇ ਘਰ ਕੋਈ ਐਸਾ ਇਨਸਾਨ ਹੁੰਦਾ ਨਾ ਉਹ ਤੁਸੀਂ ਸ਼ੁਰੂ ਤੋਂ ਜੁੜੇ ਹੁੰਦੇ ਹੋ ਭਾਵੇਂ ਸਾਹਮਣੇ ਨਹੀਂ ਆਉਂਦੇ
ਪਰ ਤੁਸੀਂ ਪਹਿਲੇ ਦਿਨ ਤੋਂ ਹੀ ਜੁੜੇ ਹੁੰਦੇ ਹੋ ਕਿਉਂਕਿ ਉਸ ਚੀਜ਼ ਦਾ ਤੁਹਾਨੂੰ ਪਤਾ ਹੁੰਦਾ, ਥੋੜ੍ਹਾ ਥੋੜ੍ਹਾ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਜਦੋਂ ਜਦੋਂ ਆਪਾਂ ਉਸ ਇਨਸਾਨ ਦੀ ਜਰਨੀ ਦੇ ਨਾਲ ਨਾਲ ਤੁਰਦੇ ਹਾਂ, ਤੁਹਾਨੂੰ ਉਸ ਚੀਜ਼ਾਂ ਸਮਝ ਆ ਜਾਂਦੀਆਂ ਨੇ ਅਤੇ ਫਿਰ ਤੁਹਾਨੂੰ ਈਜ਼ੀ ਹੋ ਜਾਂਦਾ। ਜਦੋਂ ਮੈਂ ਆਫਿਸ ਆਉਣਾ ਸ਼ੁਰੂ ਕੀਤਾ ਸੀ ਪਰ ਮੈਨੂੰ ਲੋਕਾਂ ਤੋਂ ਡਰ ਲੱਗਦਾ ਹੁੰਦਾ ਸੀ ਕਿਉਂਕਿ ਮੈਨੂੰ ਐਂ ਲੱਗਦਾ ਸੀਗਾ ਕਿ ਇਹ ਲੋਕ ਮੇਰੇ ਨਾਲੋਂ ਵੱਧ ਐਕਸਪੀਰੀਅੰਸ ਆ ਇਹਨਾਂ ਨੂੰ ਕਿ ਮੈਨੂੰ ਸ਼ਾਇਦ ਉਹਨਾਂ ਨਹੀਂ ਪਤਾ। ਫਿਰ ਮੈਂ ਜਦੋਂ ਮੈਨੂੰ ਬੰਟੀ ਨੇ ਕਿਹਾ ਕਿ ਆਫਿਸ ਆਉਣਾ ਤੇ ਜਦੋਂ ਮੈਂ ਸ਼ੁਰੂ ਕੀਤਾ ਸੀਗਾ ਤਾਂ ਮੈਨੂੰ 2 ਸਾਲ ਮੈਂ ਉਹਨਾਂ ਤੋਂ ਮੰਗੇ ਸੀਗੇ, ਮੈਂ 2 ਸਾਲ ਸਿਰਫ ਦੇਖਣਾ ਕਿ ਇੱਥੇ ਕੀ ਹੁੰਦਾ ਕਿਉਂਕਿ ਮੈਂ ਸਿਰਫ ਤੁਹਾਨੂੰ ਦੇਖਿਆ ਕਿ ਆਪਾਂ ਸਲਾਹ ਕਰਦੇ ਹਾਂ ਕਿਸੇ ਚੀਜ਼ ਲਈ, ਕੰਮ ਲਈ ਕਿ ਆਹ ਕਰਨਾ ਹੈ, ਮੈਂ ਇੱਦਾਂ ਗਾਣਾ ਬਣਾਇਆ ਜਾਂ ਇੱਦਾਂ ਹੋਇਆ ਜਾਂ ਇੱਦਾਂ ਕਰਨਾ, ਹੈ ਨਾ, ਉਹ ਚੀਜ਼ਾਂ ਅਲੱਗ ਹੁੰਦੀਆਂ ਨੇ। ਪਰ ਇੰਨੇ ਲੋਕਾਂ 'ਚ ਰਹਿਣਾ ਅਤੇ ਇੰਨੇ ਲੋਕਾਂ ਨੂੰ ਫੇਸ ਕਰਨਾ, ਗੱਲ ਕਿੱਦਾਂ ਕਰਨੀ ਆ, ਸਾਰਾ ਕੁਛ, ਫਿਰ ਉਹਦੇ ਲਈ ਮੈਂ 2 ਸਾਲ ਮੰਗੇ ਸੀਗੇ ਕਿ ਮੈਨੂੰ ਪਹਿਲਾਂ ਦੇਖਣ ਦਿਉ ਫਿਰ ਮੈਂ ਕੰਮ ਸ਼ੁਰੂ ਕਰੂੰਗੀ ਤਾਂ ਕਿ ਮੈਂ ਕੁਛ ਖਰਾਬ ਨਾ ਕਰਾਂ। ਔਰ ਸ਼ਾਇਦ ਅੱਜ ਉਹ ਤੁਹਾਡੇ ਤੇ ਪ੍ਰਾਊਡ ਮਹਿਸੂਸ ਕਰਦੇ ਹੀ ਹੋਣਗੇ ਸ਼ਾਇਦ। ਪ੍ਰਭ, ਮੈਂ ਤੁਹਾਡੇ ਪਹਿਲਾਂ ਵਾਲੇ ਵੀ ਜਿਹੜੇ ਗੀਤ ਸੁਣਦੇ ਹਾਂ ਉਹਨਾਂ ਦੀ ਸਭ ਤੋਂ ਖਾਸ ਗੱਲ ਇਹ ਹੈ ਨਾ ਕਿ ਉਹਦੇ 'ਚ ਇੱਕ ਕਹਾਣੀ ਹੁੰਦੀ ਹੈ। ਤੁਹਾਡਾ ਇੱਕ ਫੇਜ਼ ਉਹ ਵੀ ਰਿਹਾ ਕਿ ਜਦੋਂ ਤੁਸੀਂ ਬੇਸ਼ੱਕ ਰਾਈਟਿੰਗ ਕਰਦੇ ਸੀ ਲੇਕਿਨ KFC ਦੇ ਵਿੱਚ, ਉਸ ਤੋਂ ਬਾਅਦ ਤੁਹਾਡੀ ਸਰ ਦੇ ਨਾਲ ਮੁਲਾਕਾਤ ਹੁੰਦੀ ਹੈ ਔਰ ਉਹ ਫਿਰ ਤੁਹਾਡੀ ਅਪਰੋਚਿਸ ਅੱਗੇ ਅੱਗੇ ਔਰ ਇਹ ਸਫ਼ਰ ਹੁਣ ਇੱਥੇ ਤੱਕ ਪਹੁੰਚ ਗਿਆ। ਇਹ ਜੋ ਤੁਹਾਡੇ ਗੀਤ ਕਹਾਣੀ ਬਿਆਨ ਕਰਦੇ ਆ, ਤੁਹਾਨੂੰ ਕੀ ਲੱਗਦਾ ਕਿ ਤੁਹਾਡੀ ਰਾਈਟਿੰਗ ਦੇ ਵਿੱਚ ਇਹ ਚੀਜ਼ਾਂ ਕਿੱਥੋਂ ਆਈਆਂ? ਕਿਉਂਕਿ ਉਹਨਾਂ ਗੀਤਾਂ ਦੀ ਉਹ ਕਹਾਣੀ ਹੈ ਉਹਨਾਂ ਲੋਕਾਂ ਬਾਰੇ ਬਿਆਨ ਕਰਦੀ ਹੈ ਜੋ ਆਪਣੀ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਆ ਲੇਕਿਨ ਬੈਕ 'ਤੇ ਉਹਨਾਂ ਦੇ ਹੁੰਦਾ ਕੁਛ ਨਹੀਂ। ਬੇਸਿਕਲੀ ਜਿਹੜੇ ਗਾਣੇ ਹੁੰਦੇ ਨੇ ਇਹ ਆਸੇ ਪਾਸੇ ਦੀਆਂ ਗੱਲਾਂ ਹੀ ਹੁੰਦੀਆਂ ਨੇ ਕਿ ਕੋਈ, ਇਹ ਤਾਂ ਬਹੁਤ ਘੱਟ ਹੁੰਦਾ ਕਿ ਕੋਈ ਜਿਵੇਂ ਫਿਕਸ਼ਨਲ ਚੀਜ਼ ਹੁੰਦੀ ਆ ਵੀ ਹਾਂ ਮੈਂ ਸੋਚ ਕੇ ਲਿਖ ਰਿਹਾ ਵੀ ਐਂ, ਪਰ ਜ਼ਿਆਦਾਤਰ 80-90% ਜੋ ਆਪਾਂ ਆਸੇ ਪਾਸੇ ਦੇਖਦੇ ਹਾਂ ਜੋ ਆਪਣੇ ਆਲੇ ਦੁਆਲੇ ਹੁੰਦਾ ਉਹੀ ਚੀਜ਼ਾਂ ਹੁੰਦੀਆਂ ਨੇ, ਉਹੀ ਕਰੈਕਟਰ ਹੁੰਦੇ ਨੇ, ਉਹੀ ਕਹਾਣੀਆਂ ਹੁੰਦੀਆਂ ਨੇ, ਚਾਹੇ ਉਹ ਮੇਰੀ ਆਪਦੀ ਹੋਵੇ ਜਾਂ ਮੈਂ ਕਿਸੇ ਹੋਰ 'ਚ ਓਬਜ਼ਰਵ ਕੀਤਾ ਹੋਵੇ। ਸੋ ਹਾਂਜੀ, ਜ਼ਿਆਦਾਤਰ ਜਿੰਨਾ ਕੁ ਵੀ ਅੱਜ ਤੱਕ ਲਿਖਿਆ ਜਾਂ ਅੱਗੇ ਲਿਖ ਜਿਹੜਾ ਲਿਖੂੰਗਾ ਉਹ ਓਬਜ਼ਰਵੇਸ਼ਨ ਕਰਕੇ ਹੀ ਆ ਉਹ। ਗਲੋਰੀਫਾਈ ਕਰਨ ਲੱਗ ਜਾਂਗੇ ਮੈਂ ਉੱਥੋਂ ਆਇਆ, ਮੈਂ ਇੰਨੀ ਸਟਰਗਲ ਕੀਤੀ ਆ, ਉਹ ਚੀਜ਼ਾਂ ਦਾ ਵੀ ਸਵਾਦ ਸੀਗਾ। ਜੇ ਉਹ ਦਿਨ ਨਾ ਦੇਖੇ ਹੁੰਦੇ ਫਿਰ ਸ਼ਾਇਦ ਆਹ ਦਿਨਾਂ ਦੀ ਵੈਲਿਊ ਨਾ ਪਤਾ ਹੁੰਦੀ। ਸੋ ਕਦੇ ਉਹ ਚੀਜ਼ਾਂ ਦਾ ਵੀ ਆਪਾਂ ਉਹ ਨਹੀਂ ਕੀਤਾ ਕਿ ਗਿਲਾ ਨਹੀਂ ਕੀਤਾ, ਉਹ ਵੀ ਵਧੀਆ ਦਿਨ ਸੀਗੇ, ਇਹ ਹੋਰ ਵਧੀਆ ਦਿਨ ਨੇ। ਤੇ ਬਾਕੀ ਭਾਬੀ ਜੀ ਉਹਨਾਂ ਕਰਕੇ, ਬਾਈ ਉਹਨਾਂ ਕਰਕੇ, ਜੋ ਵੀ ਹੈਗਾ ਮੈਨੂੰ ਲੱਗਦਾ ਕਿ ਹਰ ਇਨਸਾਨ ਦੀ ਆਪਦੀ ਕਾਬਲੀਅਤ ਹੁੰਦੀ ਹੈ ਤੇ ਰੱਬ ਤੁਹਾਨੂੰ ਉੱਥੇ ਪਹੁੰਚਾ ਦਿੰਦਾ ਟਾਈਮ, ਇਸ ਲਈ ਲੱਗਦਾ ਕਿਉਂਕਿ ਉਹ ਵੀ ਬਹੁਤ ਵਧੀਆ ਐਕਸਪੀਰੀਅੰਸ ਹੁੰਦੇ ਨੇ ਜੋ ਤੁਸੀਂ ਸਟਰਗਲ ਕਰਦੇ ਹੋ, ਉਹਦੇ ਵਰਗੀ ਤੇ ਰੀਸ ਹੀ ਨਹੀਂ, ਫਿਰ ਤੁਸੀਂ ਬੋਲੋਗੇ ਕੀ? ਤੁਹਾਡੇ ਕੋਲ ਮੈਟਰ ਹੀ ਨਹੀਂ ਹੋਣਾ ਬੋਲਣ ਨੂੰ ਜਦੋਂ ਤੁਸੀਂ ਕੁਛ ਐਕਸਪੀਰੀਅੰਸ ਹੀ ਨਹੀਂ ਕੀਤਾ। ਜਦ ਤੱਕ ਤੁਸੀਂ ਠੋਕਰਾਂ ਨਹੀਂ ਖਾਂਦੇ ਤੁਹਾਨੂੰ ਉਹ ਦਿਨ ਯਾਦ ਆਉਂਦਾ ਕਿ ਅੱਜ ਮੈਂ ਇੱਥੇ ਬੈਠਾ, ਤੇ ਉਹ ਚੀਜ਼ ਦੀ ਵੈਲਿਊ ਸਹੀ ਗੱਲ ਆ ਪ੍ਰਭ ਦੀ ਕਿ ਉਦੋਂ ਹੀ ਹੁੰਦੀ ਆ ਜਦੋਂ ਅਸੀਂ ਪਹਿਲਾਂ ਠੋਕਰਾਂ ਖਾਧੀਆਂ ਹੁੰਦੀਆਂ ਨੇ। ਉਹ ਬਹੁਤ ਸਿਆਣਾ, ਆਪਦੀ ਉਮਰ ਤੋਂ ਵੱਧ ਸਿਆਣਾ, ਉਹਨੂੰ ਜ਼ਿਆਦਾ ਕੁਛ ਕਹਿਣ ਦੀ ਲੋੜ ਨਹੀਂ ਪੈਂਦੀ। ਮੈਂ, ਮੇਰਾ ਅਗਲਾ ਸਵਾਲ ਵੀ ਤੁਹਾਡੇ ਤੋਂ ਹੀ ਹੈ। ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਜਾਂ ਤੁਸੀਂ ਵੀ ਦੱਸਿਆ ਕਿ ਤੁਸੀਂ ਬੇਸ਼ੱਕ ਇਸ ਬੈਕਗਰਾਉਂਡ ਦੇ ਨਾਲ ਨਹੀਂ ਜੁੜੇ ਸੀ ਫਿਰ ਵੀ ਤੁਸੀਂ ਆਪਣੇ ਆਪ ਨੂੰ ਰੈਡੀ ਕੀਤਾ, ਤੁਸੀਂ ਐਜ਼ ਆ ਬੌਸ ਹਰ ਇੱਕ ਨੂੰ ਓਬਜ਼ਰਵ ਕਰਦੇ ਹੋਵੋਗੇ। ਬਹੁਤ ਸਾਰੀਆਂ ਚੀਜ਼ਾਂ 'ਤੇ ਅਸੀਂ ਕਿਸੇ ਪਰਸਨ ਨੂੰ ਉੱਥੇ ਹੀ ਛੱਡ ਦਿੰਦੇ ਹਾਂ ਕਿ ਸ਼ਾਇਦ ਉਹਨੂੰ ਹੁਣ ਸਮਝ ਨਹੀਂ ਆ ਰਿਹਾ ਕਿ ਉਹਦੇ ਲਈ ਕੀ ਠੀਕ ਹੈ, ਸ਼ਾਇਦ ਉਹ ਕਿਤੇ ਕਿਤੇ ਤੁਹਾਨੂੰ ਵੀ ਗਲਤ ਸਮਝਦਾ, ਫਿਰ ਤੁਸੀਂ ਉਸ ਚੀਜ਼ ਨੂੰ ਐਜ਼ ਆ ਬੌਸ ਕਿਵੇਂ ਲੈਂਦੇ ਹੋ? ਮੈਨੂੰ ਲੱਗਦਾ ਮੈਂ ਆਪਣੇ ਆਪ ਨੂੰ ਬੌਸ ਸਮਝਿਆ ਹੀ ਨਹੀਂ ਕਦੇ। ਮੈਂ ਹਮੇਸ਼ਾ ਇਹ ਸਮਝਿਆ ਕਿ ਇਹ ਮੇਰੇ ਬੱਚੇ ਨੇ ਅਤੇ ਮੈਂ ਇਹਨਾਂ ਦੀ ਮਾਂ, ਮੈਂ ਇਹਨਾਂ ਨੂੰ ਕੁਛ ਵੀ ਕਹਿ ਸਕਦੀ ਹਾਂ। ਜੇ ਇਹ 10 ਵਾਰ ਵੀ ਨਹੀਂ ਸਮਝਣਗੇ ਤਾਂ ਮੈਂ 11ਵੀਂ ਵਾਰ ਵੀ ਬੋਲੂੰਗੀ ਭਾਵੇਂ ਉਹ ਮੈਨੂੰ ਬੁਰਾ ਸਮਝਣ, ਕਿਉਂਕਿ ਮੈਂ ਜਦੋਂ ਮਾਂ ਬਣ ਜਾਂਦਾ ਨਾ ਬੰਦਾ ਫਿਰ ਮਾਈਂਡ ਨਹੀਂ ਕਰਦਾ, ਉਹ ਗੱਲ ਖਤਮ ਹੋ ਜਾਂਦੀ ਹੈ ਉੱਥੇ, ਚਾਹੇ ਮੇਰੀ ਡਿਸਰਿਸਪੈਕਟ ਵੀ ਕਰਨ, ਚਾਹੇ ਮੇਰੀ ਗੱਲ ਨਾ ਮੰਨਣ, ਪਰ ਜਿੱਥੇ ਮੈਨੂੰ ਇਹ ਲੱਗੂਗਾ ਵੀ ਇਹ ਗੱਲ 'ਚ ਇਹਨਾਂ ਦਾ ਨੁਕਸਾਨ ਹੋਊਗਾ, ਚਾਹੇ ਮੈਨੂੰ ਜਿੰਨਾ ਮਰਜ਼ੀ ਬੁਰਾ ਬਣਨਾ ਪਵੇ ਮੈਂ ਬਣੂੰਗੀ। ਮੈਂ ਹਮੇਸ਼ਾ ਇਹੀ ਸੋਚਦੀ ਹਾਂ ਅਤੇ ਮੈਂ ਹਮੇਸ਼ਾ ਇਹੀ ਕਰੂੰਗੀ ਔਰ ਮੈਂ ਕਰਦੀ ਵੀ ਹਾਂ। ਤੁਹਾਡੇ ਵਰਗਾ ਬੌਸ ਤੇ ਮਿਲਣਾ ਚਾਹੀਦਾ ਹਰ ਜੇ ਤੁਸੀਂ ਬਹੁਤ ਸਾਰੇ ਗਾਣੇ ਡਾਇਰੈਕਟ ਕੀਤੇ, ਮਤਲਬ ਮਿਊਜ਼ਿਕ ਦਿੱਤਾ, ਆਪਾਂ ਗੱਲ ਕਰ ਰਹੇ ਸੀਗੇ ਬੂ ਭਾਬੀ, ਇਹ ਸੌਂਗ ਦਾ ਅਗਰ ਗੱਲ ਨਾ ਕਰੀਏ ਇਹ ਨਹੀਂ ਹੋ ਸਕਦਾ, ਬਹੁਤ ਵੱਡਾ ਹਿੱਟ ਰਿਹਾ ਉਸ, ਉਹ ਗੀਤ ਤੁਹਾਡੇ ਲਈ ਕਿਉਂ ਹਮੇਸ਼ਾ ਖਾਸ ਰਹੇਗਾ ਕਿਉਂਕਿ ਉਹ ਬਹੁਤ ਵੱਡਾ ਹਿੱਟ ਸੌਂਗ ਹੈ? ਉਹ ਗਾਣੇ 'ਚ ਅਲੱਗ ਵਾਈਬ ਸੀ ਬਹੁਤ ਜ਼ਿਆਦਾ, ਮਤਲਬ ਇੰਨੇ ਸਾਰੇ ਆਰਟਿਸਟ ਅਤੇ ਇੰਨਾ ਮਤਲਬ ਗਾਣੇ ਵਿੱਚ ਵੇਰੀਏਸ਼ਨ ਸੀਗਾ ਅਤੇ ਉਹ
ਮਤਲਬ ਇੱਕ ਗਾਣਾ ਨਹੀਂ ਕਹਿ ਸਕਦੇ, ਜਿਵੇਂ ਉਹਨੂੰ ਤੁਸੀਂ ਸ਼ਾਰਟ ਫਿਲਮ ਫਿਲਮ ਕਹਿ ਲਓ ਤੇ ਉਹਦਾ ਤੁਸੀਂ ਬੈਕਗ੍ਰਾਉਂਡ ਸਕੋਰ ਕਰਨਾ ਅਲੱਗ ਅਲੱਗ ਚੀਜ਼ਾਂ ਨਾਲ, ਅਲੱਗ ਅਲੱਗ ਵੋਇਸਿਸ ਨਾਲ, ਬਹੁਤ ਕੁਛ ਆ ਉਹਦੇ ਵਿੱਚ, ਉਹ ਤੇ ਮਤਲਬ ਬਹੁਤ ਵਧੀਆ ਲੱਗਦਾ ਉਹ। ਤੁਹਾਡਾ ਵੀ ਆਲ ਟਾਈਮ ਫੇਵਰੇਟ ਹੈ? ਹਾਂਜੀ ਹਾਂਜੀ, ਫਿਰ ਗਾਣਾ ਤਾਂ ਹਰ ਫੇਵਰੇਟ ਹੁੰਦਾ ਜਦੋਂ ਕੋਈ ਗਾਣਾ ਬਣਾਈਦਾ, ਹਰ ਗਾਣਾ ਆਪਣੇ ਬੱਚਿਆਂ ਵਰਗਾ ਹੁੰਦਾ, ਉਹਨੂੰ ਧਿਆਨ ਨਾਲ ਬਣਾਓ, ਉਹਨੂੰ ਸਾਰਾ ਕੁਛ ਕਰੋ, ਉਹਦਾ ਇਹ ਹੁੰਦਾ ਗਾਣੇ ਦਾ ਤਾਂ ਸਾਰੇ ਗਾਣੇ। ਆਪਣੀ ਬਣਾਈ ਹੋਈ ਚੀਜ਼ ਨੂੰ ਕਿੰਨੇ ਵਾਰ ਸੁਣਦੇ ਹੋ, ਫਿਰ ਕ੍ਰਿਟੀਸਾਈਜ਼ ਕਰਦੇ ਹੋ ਕਿ ਨਹੀਂ ਹੋਰ ਵੀ ਬੈਟਰ ਹੋ ਸਕਦਾ? ਜਦ ਤੱਕ ਗਾਣਾ ਰਿਲੀਜ਼ ਨਹੀਂ ਹੁੰਦਾ। ਅੱਛਾ, ਉਦੋਂ ਤੱਕ ਰਿਲੀਜ਼ ਤੋਂ ਬਾਅਦ ਸ਼ਾਇਦ ਹੀ ਕਦੀ ਸੁਣਿਆ, ਕਿਉਂਕਿ ਇੰਨੀ ਹਜ਼ਾਰੋਂ ਵਾਰੀ ਸੁਣ ਲੈਂਦਾ ਬੰਦਾ, ਤਦ ਤੱਕ ਸੁਣ ਸੁਣ ਕੇ ਹੁੰਦਾ ਕਿ ਯਾਰ ਸੁਣਿਆ ਹੀ ਆ ਹੁਣ ਤਾਂ, ਏਦਾਂ ਹੋ ਜਾਂਦਾ। ਅਸਮੀਤ, ਅਸੀਂ ਗੱਲ ਕਰ ਰਹੇ ਹਾਂ ਤੁਹਾਡੇ ਵੀ ਕਰੈਕਟਰ ਦੀ, ਸ਼ਾਇਦ ਉਹ ਹੋਰ ਉੱਭਰ ਕੇ ਆਊਗਾ ਜਦੋਂ ਗਾਣਾ ਰਿਲੀਜ਼ ਹੋਊਗਾ। ਨਵਜੋਤ ਦਾ ਹੋਰ ਤਰ੍ਹਾਂ ਦਾ ਕਿਰਦਾਰ ਨਜ਼ਰ ਆ ਰਿਹਾ। ਆਲ ਬੋਏ ਸੌਂਗ ਦੇ ਬਾਰੇ ਸਾਨੂੰ ਰੱਬ ਨੇ ਆਪਣਾ ਇੱਕ ਮਾਇੰਡ ਸੈਟਅਪ ਦੱਸਿਆ ਕਿ ਹਾਂ ਇੱਦਾਂ ਹੁੰਦਾ। ਤੁਸੀਂ ਇਸ ਗੀਤ ਨੂੰ ਕੀਤਾ ਜਦੋਂ ਤੁਸੀਂ ਇਹ, ਅਸੀਂ ਤੇ ਹਜੇ ਗਾਣਾ ਸੁਣਿਆ ਹੀ ਨਹੀਂ ਹੈ, ਟੀਜ਼ਰ ਹੀ ਦੇਖਿਆ, ਤੁਸੀਂ ਜਦੋਂ ਇਹ ਗਾਣਾ ਸੁਣਿਆ ਸੀ ਤਾਂ ਤੁਸੀਂ ਕੀ ਫੀਲ ਕੀਤਾ ਸੀ? ਜਦੋਂ ਮੈਂ ਗਾਣਾ ਸੁਣਿਆ ਸੀਗਾ, ਮੈਨੂੰ ਭਾਬੀ ਜੀ ਨੇ ਭੇਜਿਆ ਸੀਗਾ, ਮੈਨੂੰ ਲੱਗਿਆ ਸੀਗਾ ਮੈਨੂੰ ਕਰਨਾ ਚਾਹੀਦਾ ਹੈ, ਕਿਉਂਕਿ ਇੱਕ ਅਵੇਅਰਨੈਸ ਹੀ ਹੈ ਲੋਕ ਸਮਝਦੇ ਨੇ ਸਾਰੇ ਮੁੰਡੇ ਹੁੰਦੇ ਇੱਕੋ ਜਿਹੇ ਨੇ, ਬਟ ਇਹ ਹੁੰਦਾ ਨਹੀਂ, ਐਵੇਂ ਨਹੀਂ ਹੁੰਦੇ ਸਾਰੇ ਮੁੰਡੇ ਇੱਕੋ ਜਿਹੇ। ਤੇ ਇੱਕ ਗਾਣੇ 'ਚ ਟਰੱਸਟ ਹੈਗਾ, ਬਹੁਤ ਵੱਡਾ ਕਨਸੈਪਟ ਹੈ ਟਰੱਸਟ ਦਾ, ਉਹ ਤੁਹਾਨੂੰ ਕਰਨਾ ਚਾਹੀਦਾ, ਇੱਕ ਅਵੇਅਰਨੈਸ ਹੀ ਆ, ਹੈ ਨਾ, ਕਿ ਅਸੀਂ ਜੋ ਆਪਣੇ ਗਾਣੇ ਰਾਹੀਂ ਦੇ ਰਹੇ ਹਾਂ ਬਾਕੀ ਤੁਸੀਂ ਗਾਣੇ 'ਚ ਦੇਖ ਲਿਓ। ਮੈਨੂੰ ਤਾਂ ਬਹੁਤ ਵਧੀਆ ਲੱਗਿਆ ਸੀ ਗਾਣਾ। ਨਵਜੋਤ, ਸਵਾਲਾਂ ਦੇ ਜਵਾਬ ਦੇਣਾ ਆਸਾਨ ਹੈ ਕਿ ਸਵਾਲ ਪੁੱਛਣੇ? ਮੈਂ ਨਾ ਉਹੀ ਸੋਚ ਰਹੀ ਸੀ ਪਹਿਲਾਂ ਜਦੋਂ ਮੈਂ ਇੰਟਰਵਿਊ ਸਟਾਰਟ ਹੋਣ ਲੱਗੀ ਸੀ, ਮੈਨੂੰ ਕੱਲ੍ਹ ਕਾਲ ਆਇਆ ਸੀਗਾ ਮੈਮ ਦਾ ਕਿ ਇੰਟਰਵਿਊਜ਼ ਕਰਨੀ ਆਪਾਂ, ਉਦੋਂ ਮੇਰੀ ਨਾ ਦਿਲ ਦੀ ਧੜਕਣ ਇੱਦਾਂ ਸੀਗੀ ਉੱਪਰ ਕਿ ਪਹਿਲਾਂ ਮੈਨੂੰ ਪਤਾ ਨਹੀਂ ਲੱਗਾ ਕਿ ਪੁੱਛਣੀ ਆ ਜਾਂ ਬਹਿਣਾ ਆ, ਬਾਅਦ ਚੋਂ ਸਮਝਿਆ ਅੱਛਾ ਬਹਿਣਾ ਇੰਟਰਵਿਊ ਗਾਣੇ ਦੇ ਲਈ। ਸੋ ਮੈਂ ਨਾ ਮੈਂ ਉਦੋਂ ਇੱਦਾਂ ਸੀਗੀ ਪਤਾ ਨਹੀਂ ਕੀ ਕਰਨਾ, ਕਿਉਂਕਿ ਮੈਨੂੰ ਇੱਥੇ ਬਹਿਣਾ ਵੀ ਬਹੁਤ ਔਖਾ ਆ, ਔਰ ਮੈਨੂੰ ਲੱਗਦਾ ਅੱਜ ਇੱਥੇ ਬਹਿਣਾ ਵੀ ਬਹੁਤ ਔਖਾ ਹੈ, ਦੋਵੇਂ ਕੰਮ ਬਹੁਤ ਔਖੇ ਨੇ, ਕੋਈ ਚੀਜ਼ ਈਜ਼ੀ ਨਹੀਂ ਹੈਗੀ, ਕੁਐਸਚਨ ਪੁੱਛਣੇ, ਰਿਸਰਚ ਕਰਨੀ ਕਿਸੇ ਆਰਟਿਸਟ ਦੇ, ਇਹ ਵੀ ਬਹੁਤ ਮੁਸ਼ਕਿਲ ਹੈ, ਔਰ ਮੈਨੂੰ ਲੱਗਦਾ ਮੇਰੇ ਲਈ ਦੋਵੇਂ ਈਜ਼ੀ ਨਹੀਂ ਹੈਗੇ, ਦੋਵੇਂ ਔਖੇ ਨੇ। ਚਲੋ, ਤੁਹਾਨੂੰ ਪਤਾ ਚੱਲਿਆ ਕਿ ਇਹ ਵੀ ਇੱਥੇ ਬਹਿਣਾ ਵੀ ਈਜ਼ੀ ਨਹੀਂ ਹੁੰਦਾ। ਹਾਂ ਬਿਲਕੁਲ, ਬਟ ਆਈ ਐਮ ਹੈਪੀ ਕਿ ਮੈਂ ਇੱਥੇ ਵੀ ਬੈਠੀ ਹਾਂ। ਬਿਲਕੁਲ ਬਿਲਕੁਲ, ਲੱਕੀ ਹੋ ਤੁਸੀਂ, ਮੈਂ ਬਹੁਤ ਖੁਸ਼ ਹਾਂ, ਔਰ ਮੈਂ ਕਹਿੰਦੀ ਨਹੀਂ ਮੈਮ ਨੂੰ ਕਿ ਥੈਂਕ ਯੂ ਸੋ ਮੱਚ, ਓਨੈਸਟਲੀ ਮੈਂ ਅੱਜ ਵੀ ਕਹੂੰਗੀ ਥੈਂਕ ਯੂ ਸੋ ਮੱਚ, ਕਿਉਂਕਿ ਜੇ ਮੈਂ ਜਿੰਨਾ ਵੀ ਹਜੇ ਤੱਕ ਕੰਮ ਕੀਤਾ, ਮਤਲਬ ਬਹੁਤ ਨਹੀਂ ਕੀਤਾ, ਇੱਕ ਦੋ ਗਾਣੇ ਜਿੰਨੇ ਵੀ ਕੀਤੇ ਨੇ ਉਹ ਮੈਂ ਬੰਟੀ ਬਸ ਪ੍ਰੋਡਕਸ਼ਨ ਤੋਂ ਹੀ ਕੀਤੇ ਹੋਏ ਨੇ, ਔਰ ਮਤਲਬ ਮੈਨੂੰ ਚਾਂਸ ਦਿੱਤਾ ਉਹਦੇ ਲਈ ਥੈਂਕ ਯੂ ਸੋ ਮੱਚ। ਇੱਕ ਸਵਾਲ ਮੇਰਾ ਤੁਹਾਡੇ ਸਾਰਿਆਂ ਤੋਂ ਹੈ, ਸਭ ਤੋਂ ਪਹਿਲਾਂ ਪ੍ਰੀਤ ਮੈਮ ਤੋਂ ਪੁੱਛਣਾ, ਮੈਮ ਰਿਲੇਸ਼ਨਸ਼ਿਪ ਦੇ ਵਿੱਚ ਸਭ ਤੋਂ ਇੰਪੋਰਟੈਂਟ ਤੁਸੀਂ ਕੀ ਮੰਨਦੇ ਹੋ? ਯਕੀਨ ਹੀ ਹੁੰਦਾ ਮੈਨੂੰ ਲੱਗਦਾ, ਇੱਕ ਯਕੀਨ ਹੁੰਦਾ ਤੇ ਇੱਕ ਸਪੇਸ ਹੁੰਦੀ ਹੈ ਕਿ ਤੁਸੀਂ ਆਪਣੇ ਪਾਰਟਨਰ ਤੇ ਯਕੀਨ ਕਰੋ, ਦੂਸਰਾ ਉਹਨੂੰ ਸਪੇਸ ਜ਼ਰੂਰ ਦਿਓ। ਜਦੋਂ ਤੁਸੀਂ ਕਿਸੇ ਨੂੰ ਬੰਨ੍ਹ ਕੇ ਰੱਖਦੇ ਹੋ ਤਾਂ ਤੁਹਾਡੇ ਕੋਲ ਉਹ ਨਹੀਂ ਰਹਿੰਦਾ, ਜੇ ਤੁਸੀਂ ਉਹਨੂੰ ਸਪੇਸ ਦਿੰਦੇ ਹੋ ਹਰ ਇੱਕ ਚੀਜ਼ ਦੇ ਵਿੱਚ, ਫਿਰ ਉਹਦਾ ਦਿਲ ਕਰਦਾ ਤੁਹਾਡੇ ਕੋਲ ਆਉਣ ਲਈ, ਮੈਨੂੰ ਇਹ ਲੱਗਦਾ। ਪ੍ਰਭ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਥੋੜਾ ਔਖਾ ਸਵਾਲ ਆ ਜੀ। ਨਹੀਂ, ਤੁਸੀਂ ਮੋਹ ਦੇ ਵਿੱਚ ਜੋ ਕੈਰੈਕਟਰ ਪਲੇ ਕੀਤਾ ਉਹਦੇ ਨਾਲ ਔਖਾ ਨਹੀਂ ਹੋ ਸਕਦਾ, ਉਹਦਾ ਤੋੜਨ ਵਾਲਾ ਸੀਗਾ, ਨਹੀਂ ਉਹ ਤੋੜਨ ਵਾਲਾ ਪੁੱਛੋ। ਨਹੀਂ, ਮੈਂ ਵੀ ਭਾਬੀ ਜੀ ਨਾਲ ਸਹਿਮਤ, ਮੇਨ ਉਹੀ ਹੁੰਦਾ ਜੀ, ਯਕੀਨ ਹੁੰਦਾ, ਸਪੇਸ ਹੁੰਦੀ ਆ, ਬਾਕੀ ਹਜੇ ਹਜੇ ਐਕਸਪੀਰੀਅੰਸ ਕਰ ਰਹਾ ਹਾਂ, ਹਜੇ ਮੈਂ ਅਬਜ਼ਰਵ ਹੀ ਕਰਦਾ ਹਾਂ, ਮੈਂ ਇਹਨਾਂ ਨੂੰ ਅਬਜ਼ਰਵ ਕਰਦਾ ਹਾਂ ਸੇ ਬਸ। ਤੁਸੀਂ ਕੀ ਕਹਿਣਾ ਚਾਹੋਗੇ ਚੇਤ? ਕੁੜੀਆਂ ਮਹਿਸੂਸ ਜ਼ਿਆਦਾ ਕਰਦੀਆਂ ਹੁੰਦੀਆਂ, ਉਹ ਸ਼ਾਇਦ ਦੂਸਰਿਆਂ ਨੂੰ ਦੇਖ ਕੇ ਓਬਜ਼ਰਵ ਕਰ ਲੈਂਦੀਆਂ, ਸੋ ਤੁਸੀਂ ਐਕਸਪੀਰੀਅੰਸ ਨਾ ਕੀਤਾ ਹੋਵੇ, ਓਬਜ਼ਰਵ ਨਾ ਕੀਤਾ ਹੋਵੇ, ਨਹੀਂ ਹੋ ਸਕਦਾ? ਨਹੀਂ, ਜਿਵੇਂ ਭਾਬੀ ਜੀ ਨੇ ਕਿਹਾ ਬਿਲਕੁਲ ਸਹੀ ਕਿਹਾ, ਮੈਂ ਐਗਰੀ ਹਾਂ ਭਾਬੀ, ਮਤਲਬ ਟਰਸਟ ਸਭ ਤੋਂ ਇੰਪੋਰਟੈਂਟ। ਟਰਸਟ, ਹਾਂਜੀ। ਨਵਜੋਤ, ਤੁਸੀਂ ਕੀ ਕਹਿਣਾ ਚਾਹੋਗੇ? ਨਵਜੋਤ, ਬਸ ਉਹੀ ਗੱਲ ਆ, ਟਰਸਟ ਦੀ ਗੱਲ ਆ, ਕਿਉਂਕਿ ਮੈਨੂੰ ਲੱਗਦਾ ਜੇ ਟਰਸਟ ਹੈਗਾ ਫਿਰ ਕਿਸੇ ਹੋਰ ਚੀਜ਼ ਦੀ ਨੌਬਤ ਹੀ ਨਹੀਂ ਆਉਂਦੀ, ਕਿਸੇ ਹੋਰ ਗੱਲ ਦੀ ਕਿ ਲੜਾਈ ਹੋਵੇ ਜਾਂ ਕੁਛ ਵੀ ਹੋਵੇ, ਮੈਨੂੰ ਲੱਗਦਾ ਰਿਲੇਸ਼ਨਸ਼ਿਪ ਜੇ ਤੁਹਾਡਾ ਟਰਸਟ ਹੈਗਾ ਫਿਰ ਅੱਗੇ ਕੋਈ ਗੱਲ ਹੀ ਨਹੀਂ ਰਹਿੰਦੀ ਕਿਸੇ ਹੋਰ। ਮਤਲਬ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਟਰਸਟ ਨਹੀਂ ਹੈ ਫਿਰ ਵਿਆਹ ਦਾ ਕੀ ਮਤਲਬ, ਮਤਲਬ ਵਿਆਹ ਜਿਹੜੀ ਬੁਨਿਆਦ ਆ ਉਹ ਕਿਸੇ ਟਰੱਸਟ ਤੇ ਹੀ ਜੁੜੀ ਹੋਈ ਹੈ। ਸੋ ਇਹ ਗਾਣਾ ਕਿੱਥੇ ਸ਼ੂਟ ਕੀਤਾ ਗਿਆ, ਸਾਨੂੰ ਇਸ ਦੇ ਬਾਰੇ ਦੱਸੋ।
ਇਹ ਗਾਣਾ ਅੱਧਾ ਸ਼ੂਟ ਹੋਇਆ ਸੀਗਾ, ਟੋਟਲ 2 ਦਿਨ ਦਾ ਸਕੈਜੂਲ ਸੀਗਾ ਤੇ ਅੱਧਾ ਜਾਣੀ ਆਪਣਾ 70% ਪਾਰਟ ਅਸੀਂ ਕੀਤਾ ਸੀਗਾ ਮੋਰਨੀ ਹਿਲਸ ਤੇ ਬਾਕੀ ਅਸੀਂ ਕੀਤਾ ਸੀਗਾ ਇੱਥੇ ਮਰਿੰਡੇ ਕੀਤਾ ਸੀਗਾ ਉਹ ਸੈੱਟ ਸੀਗਾ। ਤੇ ਇਹ ਗਾਣੇ ਦੇ ਵਿੱਚ ਬਹੁਤ ਜਣਿਆਂ ਦੀ ਮਿਹਨਤ ਆ ਤੇ ਔਨ ਕੈਮਰਾ ਦਾ ਚਲੋ ਜਿੰਨੇ ਵੀ ਸੀ ਜਿੰਨੇ ਵੀ ਸਾਰੀ ਟੀਮ ਸੁਮੀਤ ਨਵਜੋਤ ਚੇਤ ਜਿੰਨੇ ਵੀ ਸੀਗੇ ਉਹ ਤਾਂ ਦਿਖਦੀ ਹੋਈ ਆ, ਪਰ ਉਹ ਤੋਂ ਇਲਾਵਾ ਜਿਹੜੇ ਬੈਕ ਦਾ ਕੈਮਰਾ ਹੁੰਦੇ ਨੇ ਹਨਾ, ਜਿਵੇਂ ਭਾਬੀ ਦੀ ਡਾਇਰੈਕਸ਼ਨ ਹੋ ਗਈ ਜਿਹੜਾ ਵਿਜ਼ਨ ਸੀਗਾ ਤੇ ਸ਼ੋਏਬ ਸਰ ਉਹ ਉਹਨਾਂ ਵਰਗਾ ਜਿਹੜੇ ਵਿਜੂਅਲਸ ਜਿਹੜੇ ਉਹਨਾਂ ਨੇ ਬਣਾਏ ਨੇ, ਠੀਕ ਹੈ ਸ਼ੋਏਬ ਸਰ ਹੋ ਗਏ, ਬਾਕੀ ਸਾਡੀ ਜਿੰਨੀ ਵੀ ਟੀਮ ਸਾਡੇ ਜਿੰਨੇ ਵੀ ਹੁਣ ਮੈਂ ਇਕੱਲੇ ਇਕੱਲੇ ਦਾ ਨਾਮ ਲੈਣ ਲੱਗਿਆ ਬੰਦੇ ਬਹੁਤ ਨੇ, ਤੇ ਮੈਂ ਇਹੀ ਕਹਿਣਾ ਹੁੰਦਾ ਕਿ ਔਨ ਕੈਮਰਾ ਨਾਲੋਂ ਜਿਹੜੇ ਪਿੱਛੇ ਹੁੰਦੇ ਨੇ ਕੈਮਰੇ ਹਨਾ ਉਹ ਦਿਸਦੇ ਨਹੀਂ ਹੁੰਦੇ ਕੈਮਰੇ ਅੱਗੇ, ਪਰ ਉਹਨਾਂ ਦੀ ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈ, ਕਿੰਨੇ ਜਣਿਆਂ ਦਾ ਰੁਜ਼ਗਾਰ ਹੁੰਦਾ ਛੋਟੇ ਤੋਂ ਛੋਟੀ ਚੀਜ਼ ਤੋਂ ਲੈ ਕੇ ਹਨਾ। ਸੋ ਸਾਰਿਆਂ ਦੀ ਬਹੁਤ ਐਫਰਟ ਸੀਗਾ, ਸਾਰਿਆਂ ਦੇ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਬਾਕੀ ਤੁਹਾਨੂੰ 12 ਤਰੀਕ ਨੂੰ ਪਤਾ ਲੱਗ ਜੂਗਾ ਵੀਡੀਓ ਦੇਖ ਕੇ ਤੁਹਾਨੂੰ। ਰੱਬ ਤੁਹਾਨੂੰ ਏਦਾਂ ਲੱਗਦਾ ਕਿ ਤੁਹਾਡੇ ਵੱਲੋਂ ਲਿਖੀ ਹੋਈ ਚੀਜ਼ ਨੂੰ ਤੁਸੀਂ ਬਿਹਤਰ ਤਰੀਕੇ ਨਾਲ ਕਹਿ ਸਕਦੇ ਹੋ? ਕਿਵੇਂ ਕਿਵੇਂ ਮਤਲਬ? ਮਤਲਬ ਤੁਸੀਂ ਰਾਈਟਰ ਵੀ ਹੋ, ਜੋ ਤੁਸੀਂ ਖੁਦ ਲਿਖਿਆ ਉਹਨੂੰ ਖੁਦ ਤੁਸੀਂ ਬੈਟਰ ਤਰੀਕੇ ਨਾਲ ਬਿਆਨ ਕਰ ਸਕਦੇ ਹੋ, ਏਦਾਂ ਲੱਗਦਾ ਤੁਹਾਨੂੰ? ਨਹੀਂ ਹਰੇਕ ਚੀਜ਼ ਨਹੀਂ ਹੁੰਦੀ, ਜਿਵੇਂ ਕੁਛ ਚੀਜ਼ਾਂ ਹੁੰਦੀਆਂ ਨੇ ਕਿ ਕੋਈ ਮੰਨ ਲਓ ਕੋਈ ਪਰਟੀਕੁਲਰ ਚੀਜ਼ ਹੁੰਦੀ ਹੈ ਕਦੇ ਕਦੇ ਕਿ ਉਹ ਹੁੰਦਾ ਵੀ ਹਾਂ ਵੀ ਸ਼ਾਇਦ ਇਹ ਵੀ ਮੈਂ ਆਪਦੇ ਲਈ ਹੀ ਹਨਾ, ਪਰ ਹਮੇਸ਼ਾ ਨਹੀਂ ਹੁੰਦਾ। ਕੁਛ ਜਿਵੇਂ ਹੁੰਦੇ ਨੇ ਜਦੋਂ ਆਪਾਂ ਕੋਈ ਚੀਜ਼ ਲਿਖਦੇ ਹਾਂ ਗਾਣਾ, ਜਿਵੇਂ ਮੰਨ ਲਓ ਕੋਈ ਆਰਟਿਸਟ ਜਿਵੇਂ ਆਪਣੇ ਕੋਲ ਆਉਂਦੇ ਨੇ ਸਟੂਡੀਓ, ਤਾਂ ਆਪਾਂ ਉਹਨਾਂ ਨੂੰ ਦਿਮਾਗ ਚ ਰੱਖ ਕੇ ਲਿਖਦੇ ਹਾਂ ਉਹਨਾਂ ਦੇ ਪੁਆਇੰਟ ਆਫ ਵਿਊ ਤੋਂ। ਬਿਲਕੁਲ, ਜਿਵੇਂ ਹੁਣ ਕੋਈ ਫੀਮੇਲ ਆਰਟਿਸਟ ਆ ਗਏ ਤਾਂ ਫਿਰ ਉਹ ਚੀਜ਼ ਆਪਾਂ ਉਹਨਾਂ ਦੇ ਪਰਸਪੈਕਟਿਵ ਤੋਂ ਲਿਖਣੀ ਹੁੰਦੀ ਹੈ। ਕੋਈ ਏਦਾਂ ਦਾ ਕੋਈ ਪੱਕਾ ਨਹੀਂ ਹੈਗਾ ਕਿ ਮੈਂ ਆਪਦੇ ਵੱਲੋਂ ਲਿਖਣਾ। ਲਿਖੀ ਹੋਈ ਚੀਜ਼ ਤੁਸੀਂ ਫਿਰ ਏਦਾਂ ਕਦੀ ਸੋਚਿਆ ਮੇਰੇ ਨਾਲ ਲਿਖਿਆ ਹੋਇਆ ਕੋਈ ਇਹ ਸਿੰਗਰ ਗਾਵੇ? ਹਾਂਜੀ ਸੋਚਿਆ ਤਾਂ ਹੈਗਾ ਕਾਫੀ ਆ ਮਤਲਬ, ਪਰ ਹੋ ਹੀ ਜਾਂਦਾ ਹੌਲੀ ਹੌਲੀ ਤੇ। ਹਾਂਜੀ ਹੁਣ ਮੈਂ ਨਾਮ ਨਹੀਂ ਲਊਂਗਾ, ਜਿੰਨੇ ਗਾਉਣ ਮੇਰੇ ਲਈ ਤਾਂ ਵਧੀਆ, ਮੈਂ ਤਾਂ ਕਹਿਣਾ ਭਾਵੇਂ ਨਵਾਂ ਹੋਵੇ ਜਾਂ ਪੁਰਾਣੇ ਹੋਣ ਉਹ ਤਾਂ ਮੇਰੇ ਲਈ ਵਧੀਆ ਗੱਲ ਆ, ਮੇਰੇ ਲਈ ਮਾਣ ਵਾਲੀ ਗੱਲ ਹੋਊਗੀ। ਮੇਰਾ ਹੈਗਾ ਮੈਂ ਬੰਟੀ ਬਾਈ ਦਾ ਲਿਖਿਆ ਗਾਣਾ ਗਾਉਣਾ ਪਹੁੰਚਾ ਦੇਣਗੇ ਉੱਥੇ, ਨਹੀਂ ਉਹ ਮੈਂ ਏਦਾਂ ਕਹਿ ਕੇ ਨਹੀਂ ਕਰਾਉਣਾ। ਹਾਂ ਮੈਨੂੰ ਲੱਗਦਾ ਹੁੰਦਾ ਹਮੇਸ਼ਾ, ਪਰ ਪ੍ਰਭ ਨੇ ਪਹਿਲੀ ਵਾਰੀ ਇਹ ਗੱਲ ਕਹੀ ਆ, ਪਰ ਮੈਨੂੰ ਹਮੇਸ਼ਾ ਲੱਗਦਾ ਹੁੰਦਾ ਜਦੋਂ ਅਸੀਂ ਬੂ ਭਾਬੀ ਵੀ ਕਰ ਰਹੇ ਸੀ ਨਾ, ਮਤਲਬ ਅਸੀਂ ਇਕੱਠੇ ਹੁੰਦੇ ਸੀ ਸਟੂਡੀਓ ਜਦੋਂ ਰਿਕਾਰਡ ਹੁੰਦਾ ਸੀ, ਮਤਲਬ ਮੈਨੂੰ ਲੱਗਦਾ ਪ੍ਰਭ ਦਾ ਐਂਡ ਚ ਹੋਇਆ ਸੀ ਰਿਕਾਰਡ। ਮੈਨੂੰ ਲੱਗਦਾ ਪ੍ਰਭ ਨੂੰ ਉਦੋਂ ਵੀ ਐਂ ਲੱਗ ਰਿਹਾ ਸੀ ਵੀ ਮੇਰਾ ਪਤਾ ਨਹੀਂ ਹੋਊਗਾ, ਪਤਾ ਨਹੀਂ ਨਹੀਂ ਹੋਊਗਾ ਸ਼ਾਇਦ। ਮੈਨੂੰ ਹੁਣ ਵੀ ਕਈ ਵਾਰ ਲੱਗਦਾ ਹੁੰਦਾ ਵੀ ਪ੍ਰਭ ਨੂੰ ਸ਼ਾਇਦ ਏਦਾਂ ਲੱਗਦਾ ਹੋਊਗਾ ਕਿ, ਪਰ ਮੈਂ ਕਦੀ ਪੁੱਛਿਆ ਨੀ ਮੈਨੂੰ ਇਹਦਾ ਮਤਲਬ, ਮੈਂ ਸਹੀ ਸੋਚ ਰਹੀ ਸੀਗੀ। ਹਾਂ ਮੈਨੂੰ ਲੱਗਦਾ ਸੀ, ਮੈਂ ਉਹਨੂੰ ਬਹੁਤ ਵਾਰੀ ਲੱਗੀ ਹੈ ਇਹ ਗੱਲ ਕਿ ਉਹਨੂੰ ਸ਼ਾਇਦ ਉਹਨੂੰ ਵੀ ਹੁੰਦਾ ਹੋਊਗਾ, ਕਿਉਂਕਿ ਜਿਹੜਾ ਬੰਦਾ ਲਿਖਦਾ ਹੁੰਦਾ ਉਹਦਾ ਆਪਦਾ ਵੀ ਕੋਈ ਫੇਵਰੇਟ ਰਾਈਟਰ ਹੁੰਦਾ, ਆਪਦਾ ਵੀ ਕਿਸੇ ਦਾ ਉਹ ਹੁੰਦਾ ਕਿ ਹਾਂ ਵੀ ਮੈਂ ਉਹਦਾ ਲਿਖਿਆ ਗਾਵਾਂ, ਹੈ ਨਾ। ਆਪ ਇਹ ਬਹੁਤ ਜ਼ਿਆਦਾ ਵਧੀਆ ਲਿਖਦਾ ਬੰਟੀ, ਖੁਦ ਮਤਲਬ ਉਹ ਹਮੇਸ਼ਾ ਐਪਰੀਸ਼ੀਏਟ ਕਰਦੇ ਆ ਕਿ ਬਹੁਤ ਜ਼ਿਆਦਾ ਵਧੀਆ ਲਿਖਦਾ। ਚਲੋ ਤੁਹਾਡੀ ਖੁਆਇਸ਼ ਜਲਦੀ ਪੂਰੀ ਹੋਵੇ। ਤੁਸੀਂ ਮੈਨੂੰ ਬੜੇ ਘੱਟ ਬੋਲਦੇ ਹੋਏ ਨਜ਼ਰ ਆ ਰਹੇ ਹੋ, ਮੈਨੂੰ ਏਦਾਂ ਕੀ ਲੱਗਦਾ ਗਾਣੇ ਚ ਫੀਚਰਿੰਗ ਕਿਵੇਂ ਕੀਤੀ ਫਿਰ ਤੁਸੀਂ? ਫੀਚਰਿੰਗ ਮੇਰਾ ਰੋਲ ਕਾਫੀ ਡਿਫਰੈਂਟ ਹੈ, ਰਿਵੀਲ ਕਰਨਾ ਚਾਹੋਗੇ? ਵੀਡੀਓ ਜੀ ਦੇਖੇ ਤੁਸੀਂ? ਅੱਛਾ ਹਾਂਜੀ, ਬਹੁਤ ਡਿਫਰੈਂਟ ਰੋਲ ਹੈ ਮੇਰਾ। ਫਿਰ ਮੈਂ ਇੱਦਾਂ ਸਵਾਲ ਕਰ ਸਕਦੀ ਹਾਂ ਤੁਹਾਨੂੰ ਕਿ ਤੁਸੀਂ ਜਿਸ ਤਰ੍ਹਾਂ ਦੀ ਪਰਸਨੈਲਿਟੀ ਹੁੰਦੇ ਹੋ ਉਸ ਤੋਂ ਡਿਫਰੈਂਟ ਚੀਜ਼ਾਂ ਪਲੇ ਕਰਨੀਆਂ ਈਜ਼ੀ ਹੁੰਦੀਆਂ? ਆਈ ਥਿੰਕ ਹਾਂ, ਕਿਉਂਕਿ ਈਜ਼ੀ ਹੁੰਦਾ ਉਹ, ਪਤਾ ਨਹੀਂ ਮੈਨੂੰ ਈਜ਼ੀ ਲੱਗਿਆ ਕਿਉਂਕਿ ਜੋ ਮੈਂ ਹੈਗਾ ਉਹਦੇ ਵਿੱਚ ਤਾਂ ਫਿਰ ਜੋ ਮੈਂ ਹੈਗਾ ਹੀ ਹਾਂ, ਕੁਛ ਨਵਾਂ ਕਰਨ ਨੂੰ ਮਿਲਿਆ, ਡਿਫਰੈਂਟ ਹੋ ਗਿਆ ਮੇਰੇ ਲਈ ਤੇ ਮਤਲਬ ਐਕਸਾਈਟਿੰਗ ਵੀ ਲੱਗਦਾ ਥੋੜ੍ਹਾ ਜਿਹਾ ਕਿ ਹਾਂ ਕੁਛ ਅਲੱਗ ਕੀਤਾ। ਜਦੋਂ ਇਹ ਗਾਣਾ ਬਣਾਇਆ ਜਾਂ ਦੁਬਾਰਾ ਰੀਕ੍ਰੀਏਟ ਕਰਨ ਦੇ ਬਾਰੇ ਤੁਸੀਂ ਸੋਚਿਆ ਤਾਂ ਫਿਰ ਬਹਿਸ ਕਿੰਨੀ ਹੁੰਦੀ ਹੈ ਜਾਂ ਐਗਰੀ ਕਿੰਨੀ ਜਲਦੀ ਕਰਦੇ ਹੋ? ਉਹ ਪ੍ਰੋਸੈਸ ਥੋੜ੍ਹਾ ਜਿਹਾ ਜਦੋਂ ਗਾਣਾ ਬਣਦਾ ਨਾ ਉਹ ਵੀ ਬਹੁਤ ਜਾਣੀ ਹੁੰਦਾ ਔਖਾ ਪ੍ਰੋਸੈਸ ਹੁੰਦਾ, ਕਿਉਂਕਿ ਬਹੁਤ ਚੇਂਜਸ ਆਉਂਦੇ ਨੇ
ਬਹੁਤ ਅਲੱਗ ਅਲੱਗ ਆਪਾਂ ਸਾਰਿਆਂ ਦੀ ਸਲਾਹ ਨਾਲ ਹੀ ਕਰਦੇ ਹਾਂ ਆਪਾਂ ਕੰਮ, ਹੈ ਨਾ? ਪਹਿਲਾਂ ਜਦੋਂ ਚੀਜ਼ ਚਲੋ ਲਿਖੀ ਜਾਂਦੀ ਆ, ਫਿਰ ਜਿਵੇਂ ਬੀਟ ਦੇ ਵਿੱਚ ਹੁੰਦਾ ਕਈ ਵਾਰੀ ਵੀ ਨਹੀਂ ਯਾਰ ਇਹ ਲਿਰਿਕਸ 'ਤੇ ਨਹੀਂ ਜਾ ਰਹੀ, ਇਹਨੂੰ ਚੇਂਜ ਕਰੋ, ਇੱਦਾਂ ਮਿਊਜ਼ੀਕਲੀ ਹੁੰਦਾ, ਲਿਰਿਕਲੀ ਫਿਰ ਚੇਂਜ ਹੁੰਦਾ, ਫਿਰ ਰਿਕਾਰਡਿੰਗ ਵੇਲੇ ਹੁੰਦਾ ਵੀ ਆਹ ਚੇਂਜ, ਫਿਰ ਜਦੋਂ ਸਾਰਿਆਂ ਨੂੰ ਸੁਣਾਈਦਾ ਸਾਰਿਆਂ ਦੀ ਸਲਾਹ ਲਈ ਦੀ ਆ, ਫਿਰ ਕੋਈ ਜਿਵੇਂ ਮੰਨ ਲਓ ਭਾਬੀ ਜੀ ਨੇ ਕੋਈ ਸਲਾਹ ਦਿੱਤੀ ਇੱਦਾਂ ਕਰ ਸਕਦੇ ਹਾਂ, ਬਾਈ ਨੇ ਇੱਦਾਂ ਕਹਿਤਾ, ਕਿਸੇ ਨੇ ਵੀ ਆਪਾਂ ਇਹ ਨਹੀਂ ਕਿ ਆਪਾਂ ਕੋਈ ਮਤਲਬ ਆਫਿਸ 'ਚੋਂ ਕੋਈ ਵੀ ਬੰਦਾ ਕਹਿ ਦੇ ਵੀ ਆਪਾਂ ਐਂ ਕਰਨਾ, ਆਪਾਂ ਹਰੇਕ ਦੀ ਗੱਲ ਸੁਣਦੇ ਹਾਂ। ਉਹ ਤੋਂ ਬਾਅਦ ਜਦੋਂ ਵੀਡੀਓ ਬਣਦੀ ਆ, ਯਾਨੀ ਪੂਰਾ ਜਿਹੜਾ ਪ੍ਰੋਸੈਸ ਹੁੰਦਾ ਉਹਦੇ ਵਿੱਚ ਥਰੂ ਆਊਟ ਚੱਲਦਾ ਰਹਿੰਦਾ ਵਾ, ਚੇਂਜਸ ਤਾਂ ਐਂਡ ਤੱਕ ਐਂਡ ਮੂਮੈਂਟ ਤੱਕ ਚੱਲਦੇ ਰਹਿੰਦੇ ਨੇ, ਕਈ ਵਾਰੀ ਬਾਅਦ 'ਚ ਵੀ ਹੋ ਜਾਂਦਾ ਅੱਛਾ ਐਂ ਵੀ ਕਰ ਸਕਦੇ ਸੀ ਇਹਦੇ ਵਿੱਚ, ਪਰ ਉਹ ਚੀਜ਼ ਦਾ ਹੀ ਸਵਾਦ ਹੁੰਦਾ ਅਸਲ 'ਚ, ਜਿਹੜਾ ਆਪਣਾ ਪ੍ਰੋਫੈਸ਼ਨ ਆ ਅਸਲ 'ਚ ਹੈ ਹੀ ਉਹ ਛੋਟੀਆਂ ਛੋਟੀਆਂ ਚੀਜ਼ਾਂ ਦਾ ਹੀ ਸਵਾਦ ਆ, ਕਿ ਉਹ ਨਿੱਕੀਆਂ ਨਿੱਕੇ ਮੂਮੈਂਟਸ ਹੁੰਦੇ ਨੇ ਨਾ, ਉਹ ਹੀ ਹੁੰਦਾ ਬਸ, ਹੋਰ ਤਾਂ ਕੁਛ ਨਹੀਂ ਹੁੰਦਾ। ਬਿਲਕੁਲ, ਉਹੀ ਮੈਮਰੀਜ਼ ਵੀ ਹੁੰਦੀਆਂ, ਉਹ ਯਾਦ ਰਹਿੰਦੀਆਂ ਜਦੋਂ ਕੋਈ ਚੀਜ਼ ਹਿੱਟ ਹੋ ਜਾਂਦੀ ਹੈ। ਔਰ ਮੈਨੂੰ ਲੱਗਦਾ ਇਸ ਗਾਣੇ ਦਾ ਜਿਹੜਾ ਨਾਮ ਹੈ ਨਾ ਆਲ ਬੋਇਜ਼ ਆਰ ਸੇਮ, ਮੈਂ ਬਾਰ ਬਾਰ ਕਹਿ ਰਹੀ ਹਾਂ, ਮੈਨੂੰ ਬਹੁਤ ਅੱਛਾ ਲੱਗਿਆ ਸੀ ਜਦੋਂ ਮੈਂ ਇਹ ਨਾਮ ਸੁਣਿਆ ਸੀਗਾ, ਤਾਂ ਕਿਤੇ ਨਾ ਕਿਤੇ ਗਾਣਾ ਨਾ ਜਿਹੜਾ ਹਰ ਕਿਸੇ ਨੂੰ ਯਾਦ ਜ਼ਰੂਰ ਰਹਿ ਜਾਊਗਾ ਔਰ ਸੁਣਨਾ ਜ਼ਰੂਰ ਚਾਹੂਗਾ ਕਿ ਇਹ ਕਹਾਣੀ ਕੀ ਕਹਿਣਾ ਚਾਹ ਰਹੀ ਹੈ, ਸ਼ਾਇਦ ਇਹ ਖਾਸੀਅਤ ਹੋਏਗੀ ਇਸ ਗੀਤ ਦੀ। ਪਰਸਨਲੀ ਮੈਨੂੰ ਵੀ ਗਾਣੇ ਨਾਲੋਂ ਜ਼ਿਆਦਾ ਟਾਈਟਲ ਪਸੰਦ ਆ। ਸੋ ਇਹ ਟਾਈਟਲ ਕਿਵੇਂ ਡਿਸਾਈਡ ਹੋਇਆ ਸੀ? ਨਹੀਂ, ਟਾਈਟਲ ਜਦੋਂ ਲਿਖਿਆ ਸੀ ਗਾਣਾ, ਲਿਖੇ ਨੂੰ ਬਹੁਤ ਟਾਈਮ ਹੋ ਗਿਆ, ਮੈਂ ਲੱਗਦਾ 2 ਸਾਲ ਤੋਂ ਜ਼ਿਆਦਾ ਹੋ ਗਏ ਜਦੋਂ ਲਿਖਿਆ ਸੀਗਾ। ਮੈਂ ਟਾਈਟਲ ਉਦੋਂ ਹੀ ਜ਼ਿਆਦਾਤਰ ਉਹਦੀ, ਅੱਜ ਕੱਲ੍ਹ ਚਲੋ ਹੁੰਦਾ ਕਾਲੀ, ਪਰ ਮੈਂ ਉਹਦੀ ਸੋਚ ਲੈਂਦਾ ਹੁੰਦਾ ਵੀ ਆਹ ਰੱਖੂੰਗਾ, ਕਿਉਂਕਿ ਜਿਹੜਾ ਟਾਈਟਲ ਹੁੰਦਾ ਨਾ, ਜੇ ਤੁਹਾਡਾ ਟਾਈਟਲ ਕੈਚੀ ਆ, ਫਿਰ ਅਗਲੇ ਬੰਦੇ ਦਾ ਵੀ ਸੁਣਨ ਦਾ ਮਨ ਕਰਦਾ, ਟਾਈਟਲ ਉਦੋਂ ਹੀ ਸੋਚ ਲਿਆ ਸੀਗਾ। ਅਸਮੀਤ, ਤੁਸੀਂ ਲਿਖਦੇ ਵੀ ਹੋ, ਤੁਸੀਂ ਗਾਉਂਦੇ ਵੀ ਹੋ, ਕਿਹੜਾ ਬਹੁਤ ਜ਼ਿਆਦਾ ਪਸੰਦ ਹੈ? ਨਹੀਂ, ਮੈਂ ਲਿਖਦੀ ਨਹੀਂ ਹਾਂ। ਤੁਸੀਂ ਲਿਖਦੇ ਨਹੀਂ? ਮੈਂ ਤੁਹਾਡੇ ਬਾਰੇ ਸੁਣਿਆ, ਸ਼ਾਇਦ ਤੁਸੀਂ ਥੋੜਾ ਬਹੁਤ ਲਿਖਦੇ ਵੀ ਹੋ। ਨਹੀਂ 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 ਨਹੀਂ, ਮੈਂ ਕਦੇ ਨਹੀਂ ਸੋਚਿਆ ਇਦਾਂ ਲਿਖਣ ਦਾ, ਬਾਰੇ ਸੋਚਿਆ ਵੀ ਨਹੀਂ ਹੈ। ਨਹੀਂ, ਮੈਂ ਲਿਖ ਹੀ ਨਹੀਂ ਸਕਦੀ। ਕਿਉਂ? ਨਹੀਂ, ਸਿਰਫ ਗਾਉਣਾ ਪਸੰਦ ਹੈ ਮੇਰਾ। ਹਾਂਜੀ। ਔਰ ਕਿਹਦੀ ਰਾਈਟਿੰਗ ਬਹੁਤ ਜ਼ਿਆਦਾ ਪਸੰਦ ਹੈ? ਮੈਨੂੰ ਆਫਿਸ ਚੋਂ ਕਿਸੇ ਦੀ, ਵੈਸੇ ਕਿਸੇ ਆਫਿਸ ਚੋਂ ਹੀ ਦੱਸਣਾ, ਆਫਿਸ ਚ ਹੀ ਮਤਲਬ ਸਪੈਸ਼ਲ ਲੋਕ ਹੈ ਤੁਹਾਡੇ? ਹਾਂ, ਆਫਿਸ ਆਂਦਾ ਆਫਿਸ ਚੋਂ। ਮੈਨੂੰ ਬੰਟੀ ਵੀਰੇ ਦੀ ਵੀ ਪਸੰਦ ਆ, ਪ੍ਰਭ ਦੀ ਵੀ ਪਸੰਦ ਆ। ਅੱਛਾ, ਦੋਨਾਂ ਦੇ ਗਾਣੇ ਇਕੱਠੇ ਮਿਲ ਗਏ, ਫਿਰ ਪਹਿਲਾਂ ਕਿਹਦਾ ਕਰਨਾ ਹੋਏਗਾ? ਇਹਦਾ ਆਨਸਰ ਨਹੀਂ ਕਰਨਾ। ਨਹੀਂ, ਚਲੋ ਠੀਕ ਹੈ, ਨਹੀਂ ਪਸੰਦ ਹੈ ਫਿਰ ਤੁਹਾਨੂੰ। ਨਵਜੋਤ, ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੱਲ ਕਰ ਰਹੇ ਹਾਂ, ਸਵਾਲ ਪੁੱਛਣੇ ਈਜ਼ੀ ਹੁੰਦੇ ਆ, ਜਾਂ ਉੱਦਾਂ ਜਦੋਂ ਤੁਸੀਂ ਸਵਾਲ ਪੁੱਛਦੇ ਹੋ ਐਜ਼ ਆ ਐਂਕਰ, ਉਦੋਂ ਕੈਮਰਾ ਨੂੰ ਸ਼ਾਇਦ ਤੁਸੀਂ ਹੋਰ ਤਰੀਕੇ ਨਾਲ ਫੇਸ ਕਰਦੇ ਹੋ, ਲੇਕਿਨ ਜਦੋਂ ਐਕਟ ਕੀਤਾ ਸੀਗਾ ਤਾਂ ਉਦੋਂ ਫਸਟ ਕੀ ਐਕਸਪੀਰੀਅੰਸ ਸੀਗਾ? ਬਹੁਤ ਅਲੱਗ ਸੀਗਾ, ਡਿਫਰੈਂਟ ਸੀਗਾ, ਕਿਉਂਕਿ ਉਹੀ ਗੱਲ ਜਿੱਦਾਂ ਨਾ, ਸਵਾਲ ਪੁੱਛਣੇ ਉਹ ਡਿਫਰੈਂਟ ਹੁੰਦੇ ਨੇ ਬਿਲਕੁਲ, ਕਿਉਂਕਿ ਤੁਹਾਨੂੰ ਪਤਾ ਹੁੰਦਾ ਤੁਸੀਂ ਬੈਠੇ ਹੋ, ਤੁਸੀਂ ਕੈਮਰੇ ਵੱਲ ਦੇਖਿਆ, 4 ਸਵਾਲ ਪੁੱਛਣੇ, ਤੁਸੀਂ ਉੱਠ ਗਏ ਹੋ, ਮਤਲਬ ਇਹ ਵੀ ਬਹੁਤ ਔਖਾ ਹੈ। ਬਟ ਜਦੋਂ ਤੁਸੀਂ ਐਕਟ ਕਰਨਾ, ਤੁਹਾਡੇ ਕੋਲ ਕਮ ਸੇ ਕਮ ਇੱਕ ਕਰੂ ਹੁੰਦਾ, ਬਹੁਤ ਵੱਡੇ ਬਹੁਤ ਸਾਰੇ ਲੋਕ ਹੁੰਦੇ ਜੋ ਤੁਹਾਨੂੰ ਦੇਖ ਰਹੇ ਹੁੰਦੇ ਨੇ, ਔਰ ਉਸ ਟਾਈਮ ਤੁਸੀਂ ਨਰਵਸ ਅਲੱਗ ਹੋ ਜਾਂਦੇ ਹੋ, ਕਿਉਂਕਿ ਤੁਸੀਂ ਜਾਣਦੇ ਨਹੀਂ ਹੁੰਦੇ ਹਰ ਕਿਸੇ ਨੂੰ, ਸੋ ਉਦੋਂ ਤੁਹਾਨੂੰ ਇੱਕ ਅਲੱਗ ਡਰ ਹੁੰਦਾ ਹੈ। ਮੈਨੂੰ ਲੱਗਦਾ ਦੋਵੇਂ ਹੀ ਡਿਫਰੈਂਟ ਨੇ, ਉਹ ਡਰ ਵੀ ਅਲੱਗ ਹੈ ਔਰ ਉਹ ਵੀ ਅਲੱਗ ਹੈ, ਲੱਗਦਾ ਦੋਵਾਂ 'ਚ ਹੀ, ਐਂਕਰਿੰਗ 'ਚ ਵੀ ਔਰ ਕੈਮਰੇ 'ਤੇ। ਕੈਮਰਾ ਮਤਲਬ ਹਰ ਟਾਈਪ ਅਲੱਗ ਟਾਈਪ ਦੇ ਹੋ ਜਾਂਦੇ, ਮੈਨੂੰ ਲੱਗਦਾ ਜਦੋਂ ਐਕਟ ਕਰ ਰਹੇ ਹੋ ਤਾਂ ਤੁਸੀਂ ਉਹਨੂੰ ਅਲੱਗ ਨਜ਼ਰ ਨਾਲ ਦੇਖਦੇ ਹੋ, ਜਦੋਂ ਤੁਸੀਂ ਇੱਥੇ ਬੈਠੇ ਹੋ ਤਾਂ ਅਲੱਗ ਨਜ਼ਰ ਨਾਲ ਦੇਖਦੇ ਹੋ। ਪਰ ਆਈ ਥਿੰਕ ਇਹ ਤੁਹਾਡਾ ਕੋਈ ਡ੍ਰੀਮ ਕੰਪਲੀਟ ਹੋਇਆ। ਬਿਲਕੁਲ, ਮੈਂ ਜਿੱਦਾਂ ਮੈਂ ਹੁਣੇ ਕਹਿ ਰਹੀ ਸੀ ਨਾ ਕਿ ਮੈਨੂੰ ਹੈਗਾ ਕਿ ਮੇਰਾ ਪਹਿਲਾਂ ਕੁਛ ਵੀ ਇੱਦਾਂ ਸੀ ਨਾ ਸੀਗਾ ਨਹੀਂ ਕਿ ਮੈਂ ਕਰਨਾ ਹੈ, ਮੈਂ ਗਾਣੇ ਕੁਛ ਵੀ ਕਰੂੰਗੀ। ਮੈਨੂੰ ਇੱਕਦਮ ਕਾਲ ਆਇਆ ਸੀਗਾ ਮੈਮ ਦਾ, ਕਿਸੇ ਥਰੂ ਆਇਆ ਸੀਗਾ, ਸੋ ਮੈਮ ਨੇ ਮੈਨੂੰ ਬੁਲਾਇਆ ਸੀਗਾ। ਉਦੋਂ ਮੈਮ ਨੇ ਕਿਹਾ ਸੀਗਾ ਕਿ ਪਤਾ ਨਹੀਂ ਮੈਨੂੰ ਲੱਗਦਾ ਹੈ ਕਿ ਤੂੰ ਕਰ ਲੇਂਗੀ ਇਹ ਗਾਣਾ, ਮਤਲਬ ਕਿਸੇ ਹੋਰ ਗਾਣੇ ਦੇ ਲਈ। ਸੋ ਮੈਨੂੰ ਸੀਗਾ ਕਿ ਉਹ ਮੇਰੇ 'ਤੇ ਇੰਨਾ ਟਰੱਸਟ ਕਰਦੇ ਆ ਤਾਂ ਸ਼ਾਇਦ ਮੈਨੂੰ, ਮੈਂ ਆਪਣਾ ਦਊਂਗੀ 100% ਤਾਂ ਕਿ ਉਹਨਾਂ ਨੂੰ ਲੱਗੇ ਕਿ ਹਾਂ ਮੈਂ ਜਿੱਥੇ ਟਰੱਸਟ ਕੀਤਾ ਉਹ ਵੇਸਟ ਨਹੀਂ ਗਿਆ, ਉਹ ਸਹੀ ਗਿਆ। ਸੋ ਇਹ ਗੱਲ ਹੋਈ ਸੀ। ਪ੍ਰੀਤ ਮੈਮ, ਮੇਰਾ ਅਗਲਾ ਸਵਾਲ ਤੁਹਾਡੇ ਤੋਂ ਹੈ ਕਿ ਅਸੀਂ ਚੰਗੀਆਂ ਚੀਜ਼ਾਂ ਬਣਾ ਲੈਂਦੇ ਹਾਂ ਔਰ ਉਹਨਾਂ 'ਤੇ ਮਿਹਨਤ ਵੀ ਕੀਤੀ ਜਾਂਦੀ ਹੈ, ਜਿਸ ਤਰ੍ਹਾਂ ਪ੍ਰਭ ਨੇ ਵੀ ਕਿਹਾ ਕਿ ਬਹੁਤ ਵੱਡੀ ਟੀਮ ਹੁੰਦੀ ਹੈ, ਕੁਛ ਲੋਕ ਤਾਂ ਕੈਮਰੇ ਦੇ ਸਾਹਮਣੇ ਨਹੀਂ ਹੁੰਦੇ, ਸਾਨੂੰ ਪਤਾ ਨਹੀਂ ਹੁੰਦਾ, ਲੇਕਿਨ ਹਾਰਡ ਵਰਕ ਸਭ ਦਾ ਕੀਤਾ ਹੁੰਦਾ। ਇੱਕ ਚੰਗੀ ਚੀਜ਼ ਬਣਾਉਣਾ ਔਖਾ ਹੁੰਦਾ ਜਾਂ ਇੱਕ ਚੰਗੀ ਚੀਜ਼ ਨੂੰ ਹਰ ਇੱਕ ਤੱਕ ਪਹੁੰਚਾਉਣਾ ਔਖਾ ਹੈ? ਦੋਨੋਂ ਚੀਜ਼ਾਂ ਮੈਨੂੰ ਲੱਗਦਾ, ਪਰ ਵੱਧ ਸ਼ਾਇਦ ਪਹੁੰਚਾਉਣਾ ਔਖਾ ਹੁੰਦਾ ਕਿ ਬਣ ਜਾਂਦੀ ਹੈ ਚੀਜ਼, ਕਿਉਂਕਿ ਮਤਲਬ ਜੇ ਕੋਈ ਲਿਖ ਰਿਹਾ ਉਹਦੀ ਉਹ ਹੈ ਕਿ ਉਹ ਲਿਖਦਾ ਹੀ ਰਹਿੰਦਾ, ਚਾਹੇ ਉਸ ਚੀਜ਼ ਦੀ ਲੋੜ ਹੋਵੇ, ਚਾਹੇ ਬੰਦੇ ਦੇ ਥੋਟ ਮੈਨੂੰ ਲੱਗਦਾ ਚੱਲਦੇ ਰਹਿੰਦੇ ਆ ਦਿਮਾਗ 'ਚ, ਜਿੰਨਾ ਕੁ ਮੇਰਾ ਐਕਸਪੀਰੀਅੰਸ ਹੋ ਗਿਆ ਰਾਈਟਰ ਨਾਲ ਰਹਿ ਰਹਿ ਕੇ। ਅਤੇ ਮਿਊਜ਼ਿਕ ਵੀ ਮੈਨੂੰ ਲੱਗਦਾ, ਜਿੱਦਾਂ ਚੇਤ ਨੀਚੇ ਹੀ ਸਟੂਡੀਓ ਆ ਸਾਡਾ, ਅਤੇ ਨੀਚੇ ਹੀ ਰਹਿੰਦਾ ਇਹ,
ਮਤਲਬ ਇਹ ਬਹੁਤ ਘੱਟ ਉੱਪਰ ਆਉਂਦਾ ਆਉਂਦਾ ਥੋੜਾ ਟਾਈਮ, ਮਤਲਬ ਉਹ ਚੱਲਦੀਆਂ ਰਹਿੰਦੀਆਂ ਨੇ, ਪਹੁੰਚਾਉਣਾ ਸ਼ਾਇਦ ਵੱਧ ਔਖਾ ਹੁੰਦਾ। ਸ਼ਾਇਦ ਬਿਲਕੁਲ ਵਾਕਿਆ ਹੀ ਅਸੀਂ ਕਹਿੰਦੇ ਹਾਂ ਕਿ ਚੰਗਿਆਈ ਦੁਨੀਆਂ 'ਚ ਬਹੁਤ ਹੈ, ਲੇਕਿਨ ਸ਼ਾਇਦ ਉਸ ਤਰੀਕੇ ਨਾਲ ਨਹੀਂ ਪਹੁੰਚਦੀ ਜਿੰਨੀ ਬੁਰੀਆਂ ਚੀਜ਼ਾਂ ਸਾਡੇ ਤੱਕ ਪਹੁੰਚ ਜਾਂਦੀਆਂ। ਹਾਂਜੀ ਉਹ ਵੀ ਹੁੰਦਾ, ਮੈਨੂੰ ਲੱਗਦਾ ਵੀ ਤੁਸੀਂ ਹਮੇਸ਼ਾ ਹੱਸ ਨਹੀਂ ਸਕਦੇ, ਹਮੇਸ਼ਾ ਤੁਸੀਂ ਰੋ ਨਹੀਂ ਸਕਦੇ, ਇਹ ਤਾਂ ਲਾਈਫ ਆ। ਜੇ ਤੁਹਾਡੇ ਇਹ ਨਾ ਹੋਵੇ ਫਿਰ ਵੀ ਤੁਸੀਂ ਬੋਰ ਹੋ ਜਾਓਗੇ। ਮੈਨੂੰ ਲੱਗਦਾ ਲੋਕ ਜਿਹੜੇ ਹੁੰਦੇ ਆ, ਜਿਹੜੇ ਬੁਰੇ ਲੋਕ ਵੀ ਜਾਂ ਤੁਹਾਡੀ ਲਾਈਫ 'ਚ ਬੁਰੀਆਂ ਚੀਜ਼ਾਂ ਵੀ ਆਉਂਦੀਆਂ ਨੇ, ਉਹ ਵੀ ਜ਼ਰੂਰੀ ਹੁੰਦੀਆਂ ਨੇ, ਨਹੀਂ ਤੇ ਤੁਸੀਂ ਬੋਰ ਹੋ ਜਾਓਗੇ ਕਿ ਹਾਂ ਇਹ ਸੇਮ ਜਿਹਾ ਹੀ ਚੱਲੀ ਜਾਂਦਾ ਸਾਰਾ ਕੁਛ। ਐਜ਼ ਅ ਫੀਮੇਲ ਤੁਸੀਂ ਆਪਣੇ ਅੰਡਰ ਵੀ ਬਹੁਤ ਸਾਰੇ ਲੋਕਾਂ ਨੂੰ ਕੰਮ ਕਰਦੇ ਦੇਖਦੇ ਹੋ, ਜਾਂ ਤੁਸੀਂ ਫੀਮੇਲਸ ਨੂੰ ਇੰਡਸਟਰੀ ਦੇ ਵਿੱਚ ਕੰਮ ਕਰਦਾ ਹੋਇਆ ਦੇਖਦੇ ਹੋ, ਐਜ਼ ਅ ਮਦਰ ਐਜ਼ ਅ ਫੀਮੇਲ ਘਰ ਨੂੰ ਸੰਭਾਲਣਾ ਔਰ ਫਿਰ ਆਪਣਾ ਅੱਧਾ ਦਿਮਾਗ ਬਿਜ਼ਨਸ ਦੇ ਤਰਫ ਵੀ ਚਲਾਉਣਾ, ਤੁਹਾਨੂੰ ਕੀ ਲੱਗਦਾ ਹੈ ਕਿ ਵਾਕਿਆ ਹੀ ਫੀਮੇਲਸ ਦੀ ਜਿਹੜੀ ਡਿਊਟੀ ਹੈ ਉਹ ਮੋਰ ਦੈਨ ਟਫ ਹੁੰਦੀ ਹੈ ਜੋ ਬਹੁਤੇ ਲੋਕਾਂ ਨੂੰ ਸਮਝ ਨਹੀਂ ਆਉਂਦੀ? ਮੈਨੂੰ ਲੱਗਦਾ ਟਫ ਨਹੀਂ ਹੁੰਦਾ ਕੁਛ ਵੀ, ਇੰਨਾ ਜ਼ਿਆਦਾ ਉਂਝ ਹੀ ਸਮਝਦੇ ਹਾਂ ਸ਼ਾਇਦ ਆਪਾਂ ਕਿਸੇ ਚੀਜ਼ ਨੂੰ। ਮੈਨੂੰ ਲੱਗਦਾ ਮੈਨੂੰ ਸੇਮ ਜੋਬ ਮਿਲੀ ਹੋਈ ਹੈ, ਦੋ ਬੱਚੇ ਮੇਰੇ ਘਰ ਨੇ, 17-18 ਬੱਚੇ ਮੇਰੇ ਔਫਿਸ 'ਚ ਨੇ, ਸ਼ਾਇਦ ਮੈਨੂੰ ਈਜ਼ੀ ਲੱਗਦਾ ਉਹਦੇ ਕਰਕੇ ਵੀ ਮੈਨੂੰ ਸੇਮ ਹੀ ਲੱਗਦਾ। ਉੱਥੇ ਵੀ ਬੱਚੇ ਵੱਡੇ ਹੋ ਗਏ, ਇੱਥੇ ਵੀ ਮੇਰੇ ਬੱਚੇ ਵੱਡੇ ਆ, ਇੱਥੇ ਵੀ ਸੇਮ ਚੀਜ਼ ਮੇਰੀ ਚੱਲਦੀ ਰਹਿੰਦੀ ਆ, ਇਹਨਾਂ ਨੂੰ ਡਾਂਟਤਾ ਉਹਨਾਂ ਨੂੰ ਡਾਂਟਤਾ, ਵੈਸੇ ਸਾਰੇ ਵਧੀਆ ਸਿਆਣੇ ਆ। ਹੋ ਜਾਂਦਾ, ਜੇ ਤੁਸੀਂ ਕਰਨਾ ਚਾਹੋ ਤਾਂ ਤੁਸੀਂ ਕੁਛ ਵੀ ਕਰ ਸਕਦੇ ਹੋ, ਇੱਕ ਟਾਈਮ ਤੇ ਤੁਸੀਂ ਸਭ ਕੁਛ ਕਰ ਸਕਦੇ ਹੋ, ਬਸ ਤੁਹਾਨੂੰ ਕਰਨਾ ਆਉਣਾ ਚਾਹੀਦਾ। ਬਿਲਕੁਲ, ਸ਼ਾਇਦ ਇਸ ਲਈ ਇਨਸਪੀਰੇਸ਼ਨ ਵੀ ਬਣਦੇ ਹੋ ਤੁਸੀਂ ਕਿਸੇ ਲਈ। ਹਾਂਜੀ ਹਾਂਜੀ, ਫੇਰ ਹੀ ਬਣਦੇ ਹੋ। ਹਾਂਜੀ, ਚਾਹੇ ਮੁੰਡਾ ਚਾਹੇ ਕੁੜੀ ਆ, ਫੀਮੇਲ ਆ ਚਾਹੇ ਮੈਨ ਆ, ਕੁਛ ਵੀ ਆ, ਪਰ ਉਹ ਬਸ ਕਰਨਾ ਹੋਣਾ ਚਾਹੀਦਾ। ਜਿੱਦਾਂ ਬੰਟੀ, ਇੱਕ ਟਾਈਮ 'ਚ ਮੈਂ ਉਹਨਾਂ ਤੋਂ ਇੰਨਾ ਕੁਛ ਸਿੱਖਿਆ ਨਾ, ਵੀ ਮਤਲਬ ਉਹ ਇੱਕ ਚੀਜ਼ 'ਤੇ ਨਹੀਂ ਰਹਿੰਦੇ ਹੈਗੇ ਕਿ ਮੈਂ ਆਹੀ ਕਰਨਾ ਬਸ, ਅਤੇ ਮੈਂ ਇਸ ਟਾਈਮ ਦੇ ਵਿੱਚ ਇਹੀ ਕਰ ਸਕਦਾ ਅਤੇ ਮੈਂ ਦੂਸਰੀ ਤਰਫ ਦਿਮਾਗ ਨਹੀਂ ਲਾ ਸਕਦਾ, ਇੱਦਾਂ ਨਹੀਂ ਹੁੰਦਾ ਹੈਗਾ ਉਹਨਾਂ ਦਾ, ਉਹ ਸਾਰੀਆਂ ਚੀਜ਼ਾਂ 'ਚ ਚੱਲਦਾ ਰਹਿੰਦਾ ਉਹਨਾਂ ਦਾ। ਤੁਹਾਡੀ ਮੈਨੂੰ ਲੱਗਦਾ ਉਹ ਵੱਧਦਾ ਉਹਦੇ ਨਾਲ, ਤੁਹਾਡਾ ਬ੍ਰੇਨ ਦੀ ਉਹ ਵੱਧਦੀ ਆ ਕਿ ਤੁਸੀਂ ਜ਼ਿਆਦਾ ਸੋਚਦੇ ਹੋ ਚੀਜ਼ਾਂ ਬਾਰੇ ਅਤੇ ਤੁਹਾਡੀ ਉਹ ਸਟਰੋਂਗ ਹੁੰਦੇ ਹੋ ਤੁਸੀਂ ਉਹਨੇ ਜ਼ਿਆਦਾ। ਐਜ਼ ਆ ਹਸਬੈਂਡ ਵਾਈਫ ਤੁਸੀਂ ਦੋਨੋਂ ਹੀ ਇੱਕ ਦੂਸਰੇ ਦੇ ਸਿਰ ਤੇ ਰਿਸਕ ਲੈਂਦੇ ਹੋ, ਇੱਦਾਂ ਨਹੀਂ ਹੁੰਦਾ ਕਿ ਸਿਰਫ ਇੱਕ ਬੰਦਾ ਰਿਸਕ ਲੈਂਦਾ ਕਿ ਮੇਰੀ ਵਾਈਫ ਸਾਰਾ ਘਰ ਸੰਭਾਲ ਲੂੰਗੀ, ਔਰ ਇੱਦਾਂ ਨਹੀਂ ਹੁੰਦਾ ਕਿ ਵਾਈਫ ਦੀਆਂ ਕੋਈ ਖੁਆਇਸ਼ਾਂ ਜਾਂ ਡ੍ਰੀਮ ਨਹੀਂ ਹੋ ਸਕਦੇ, ਉਹ ਵੀ ਆਪਣੇ ਹਸਬੈਂਡ ਦੇ ਸਿਰ ਤੇ ਰਿਸਕ ਲੈਂਦੀ ਹੈ। ਸੋ ਤੁਹਾਡੀ ਇਹ ਜਰਨੀ ਕਿਸ ਤਰ੍ਹਾਂ ਚੱਲਦੀ ਰਹੀ ਹੁਣ ਤੱਕ? ਮੈਨੂੰ ਲੱਗਦਾ ਤਾਂ ਸੌਖੀ ਰਹੀ ਕਿਉਂਕਿ ਮੈਨੂੰ ਲੱਗਦਾ ਕਿ ਮੈਂ ਉਹਨਾਂ ਨੂੰ ਵੱਡੇ ਹੁੰਦੇ ਹੀ ਦੇਖਦੀ ਰਹੀ ਹਾਂ, ਬਸ ਮੇਰਾ ਉਹੀ ਡ੍ਰੀਮ ਸੀ ਕਿ ਉਹ ਜੋ ਉਹਨਾਂ ਨੂੰ ਚਾਹੀਦਾ ਉਹ ਉਹਨਾਂ ਨੂੰ ਮਿਲ ਜਾਵੇ। ਸ਼ਾਇਦ ਮੈਂ ਇੱਕ ਮਿਡਲ ਕਲਾਸ ਫੈਮਿਲੀ, ਪਿੰਡ ਦੀ ਕੁੜੀ, ਉਹਦਾ ਜ਼ਿਆਦਾ ਵੱਡੇ ਸੁਪਨੇ ਪਹਿਲੇ ਟਾਈਮ ਦੇ ਵਿੱਚ ਜਿੱਦਾਂ ਮਤਲਬ ਅਸੀਂ ਜਦੋਂ ਸਾਡੀ ਮੈਰਿਜ ਹੋਈ ਆ ਉਦੋਂ ਉਨੇ ਵੱਡੇ ਸੁਪਨੇ ਨਹੀਂ ਹੁੰਦੇ ਹੈਗੇ ਬੰਦੇ ਦੇ, ਬਹੁਤ ਛੋਟਾ ਜਿਹਾ ਹੁੰਦਾ ਕਿ ਹਾਂ ਪੜ੍ਹ ਲਿਆ ਅਤੇ ਪੜ੍ਹ ਕੇ ਮੈਰਿਜ ਹੋ ਜੂਗੀ, ਗੱਲ ਖਤਮ ਹੋ ਜਾਂਦੀ ਹੈ, ਪਰ ਹੁਣ ਨਹੀਂ ਹੈਗਾ ਇਹ ਚੀਜ਼ਾਂ। ਪਰ ਜਦੋਂ ਮੇਰਾ ਸੀਗਾ ਉਦੋਂ ਇੱਦਾਂ ਸੀ, ਮੇਰਾ ਕੋਈ ਜ਼ਿਆਦਾ ਵੱਡੇ ਲੰਬੇ ਚੌੜੇ ਸੁਪਨੇ ਹੈ ਨਹੀਂ ਸੀਗੇ। ਮੈਂ ਤਾਂ ਜਦੋਂ ਦੀ ਮਤਲਬ ਮੈਨੂੰ 22 ਸਾਲ ਦੀ ਸੀ ਜਦੋਂ ਮੈਂ ਵਿਆਹ ਹੋ ਗਿਆ ਸੀ, ਮੈਂ ਬੰਟੀ ਨੂੰ ਹੀ ਬਸ ਦੇਖਦੀ ਰਹੀ ਹਾਂ ਕਿ ਹਾਂ ਉਹ ਖੁਸ਼ ਨੇ ਅਤੇ ਉਹ ਕੁਛ ਕਰ ਰਹੇ ਨੇ ਅਤੇ ਉਹ ਹੀ ਵੱਡੀ ਗੱਲ ਹੈ। ਮਤਲਬ ਉਹਨਾਂ ਦਾ ਸੁਪਨਾ ਹੀ ਮੇਰਾ ਸੁਪਨਾ ਮੈਨੂੰ ਲੱਗਦਾ ਸ਼ਾਇਦ। ਬਹੁਤ ਇਹ ਕਹਿ ਸਕਦੇ ਹਾਂ ਪ੍ਰਭ, ਜਿਸ ਤਰ੍ਹਾਂ ਮੈਂ KFC ਦੀ ਗੱਲ ਕੀਤੀ ਸੀ ਜਾਂ ਤੁਹਾਡੇ ਗੀਤਾਂ ਦੀ ਗੱਲ ਕੀਤੀ ਹੈ, ਤੁਸੀਂ ਕਿਹਾ ਕਿ ਉਹ ਮੋਹ ਫਿਲਮ ਦਾ ਜ਼ਿਕਰ ਨਾ ਕਰੀਏ, ਇਹ ਨਹੀਂ ਹੋ ਸਕਦਾ, ਤੁਸੀਂ ਆਪਣੇ ਆਪ ਨੂੰ ਲੱਕੀ ਮੰਨਦੇ ਹੋ ਕਿ ਇਹ ਕਹਿ ਸਕਦੇ ਹਾਂ ਕਿ ਤੁਹਾਡੇ ਵਰਗੇ ਬਹੁਤ ਸਾਰੇ ਲੋਕ ਹੋਰ ਵੀ ਹੋਣਗੇ, ਸ਼ਾਇਦ ਉਹਨਾਂ ਦਾ ਕੰਮ ਕਦੀ ਵੀ ਨਹੀਂ ਕਿਸੇ ਤੱਕ ਪਹੁੰਚਦਾ, ਬਹੁਤ ਸਾਰੇ ਲੋਕ ਇੱਦਾਂ ਹੀ ਖਤਮ ਹੋ ਜਾਂਦੇ ਆ, ਲੇਕਿਨ ਤੁਹਾਡੀ ਇੱਕ ਚੰਗੇ ਤਰੀਕੇ ਨਾਲ ਪਹੁੰਚ ਹੋਈ, ਕਿਸ ਤਰ੍ਹਾਂ ਵੀ ਕਹਿ ਸਕਦੇ ਹਾਂ, ਬੰਟੀ ਬੈਂਸ ਉਹਨਾਂ ਨਾਲ ਮੁਲਾਕਾਤ ਹੋਣੀ, ਫਿਰ ਉਸ ਤੋਂ ਬਾਅਦ ਅੱਗੇ ਦਾ ਇਹ ਸਫ਼ਰ ਚੱਲਦੇ ਜਾਣਾ, ਔਰ ਸੁਣਨ ਦੇ ਵਿੱਚ ਆਇਆ ਕਿ ਹੁਣ ਤੁਸੀਂ ਅੱਗੇ ਹੋਰ ਵੀ ਸੋਹਣਾ ਕੋਈ ਪ੍ਰੋਜੈਕਟ ਕਰ ਰਹੇ ਹੋ। ਹਾਂਜੀ, ਜਿਵੇਂ ਹੁਣ ਮੋਦੀ ਦੀ ਗੱਲ ਕਰੀਏ ਤਾਂ ਉਹ ਵੀ, ਜੇ ਮੈਂ ਕਹਾਂ ਕਿ ਸਾਰਾ ਜਿਹੜਾ ਜਾਂਦਾ ਉਹਦਾ ਕ੍ਰੈਡਿਟ ਬੰਟੀ ਬਾਈ ਨੂੰ ਜਾਂਦਾ, ਕਿਉਂਕਿ ਮੋਹ ਫਿਲਮ ਮਿਲੀ ਸੀਗੀ ਜਦੋਂ ਬਹੁ ਭਾਬੀ ਗਾਣਾ ਜਿਹੜਾ ਤੁਸੀਂ ਗੱਲ ਕੀਤੀ, ਬਹੁ ਭਾਬੀ ਗਾਣਾ ਬਣਾਇਆ ਸੀ ਨਾ, ਤਾਂ ਉਦੋਂ ਵੀ ਮੈਂ ਇਹ ਗੱਲ ਹਮੇਸ਼ਾ ਸੋਚਦਾ ਸੀਗਾ ਕਿ ਇਹ ਗਾਣਾ ਵੈਸੇ ਤਾਂ ਸਾਰਿਆਂ ਲਈ ਬੈਨੀਫਿਸ਼ੀਅਲ ਹੋਊਗਾ, ਪਰ ਕੋਈ ਇੱਕ ਬੰਦੇ ਲਈ ਵੀ ਇਹ ਕੁਛ ਨਾ ਕੁਛ ਕਰੂਗਾ ਇਹ ਗਾਣਾ, ਇਹ ਮੇਰੇ ਮਾਇੰਡ 'ਚ ਗੱਲ ਸੀਗੀ, ਪਰ ਮੈਨੂੰ ਨਹੀਂ ਸੀ ਪਤਾ ਕਿ ਮੇਰੇ ਲਈ ਉਹ ਹੋਊਗਾ। ਉਹਦਾ ਅਸਲ ਦੇ ਵਿੱਚ ਜਦੋਂ ਉਹਦੀ ਇੱਕ ਅਸੀਂ ਜਦੋਂ ਵੀ ਜਿੰਨਾ ਅਸੀਂ ਉਹਨੂੰ ਉਹਦੇ ਸਾਰੇ ਪ੍ਰੋਸੈਸ ਦੀ ਇੱਕ BTS ਵੀਡੀਓ ਸੀ, ਉਹ ਵੀਡੀਓ ਜਦੋਂ ਗਾਣੇ ਤੋਂ ਬਾਅਦ ਪਾਈ ਅਤੇ ਉਹ ਦੇਖੀ ਸੀਗੀ ਜਗਦੀਪ ਸਿੱਧੂ ਬਾਈ ਨੇ, ਅਤੇ ਉਹ ਦੇਖ ਕੇ ਫਿਰ ਬਾਈ ਹੋਰਾਂ ਨੇ ਬੰਟੀ ਬਾਈ ਨੂੰ ਕਿਹਾ ਸੀਗਾ, ਅਤੇ ਫਿਰ ਮਤਲਬ ਕਿ ਸਾਰਾ ਕ੍ਰੈਡਿਟ ਬੰਟੀ ਬਾਈ ਨੂੰ ਜਾਂਦਾ ਉਸ ਚੀਜ਼ ਦਾ, ਕਿ ਜੇ ਉਹ ਗਾਣਾ ਨਾ ਬਣਾਉਂਦੇ ਤਾਂ ਫਿਲਮ ਨਾ ਮਿਲਦੀ। ਉਹੀ ਜਿਵੇਂ ਬਾਕੀ ਰੱਬ ਨੇ ਲਿਖਿਆ ਹੁੰਦਾ ਵੀ
ਵੀ ਆਹ ਬੰਦਾ ਜ਼ਰੀਆ ਬਣੂਗਾ ਤੁਹਾਡੇ ਇੱਕ ਬੌਡੀ ਬਣੂਗਾ ਤੁਹਾਡੇ ਉੱਤੇ ਜਾਣ ਲਈ ਤਾਂ ਬਾਕੀ ਸਾਰੇ ਜਿੰਨੇ ਵੀ ਮੇਰੀ ਟੀਮ ਆ ਮੈਂ ਸਭ ਦਾ ਤਾਂ ਥੈਂਕ ਯੂ ਕਰਦਾ ਹੁੰਦਾ ਹਮੇਸ਼ਾ ਕਿ ਆਪਾਂ ਸਭ ਨੂੰ ਨਾਲ ਲੈ ਕੇ ਚੱਲਣਾ ਕਿ ਕੋਈ ਪਿੱਛੇ ਨਾ ਰਹਿ ਜਾਵੇ ਸਾਰੇ ਜਣੇ ਬਹੁਤ ਸਪੋਰਟਿਵ ਨੇ ਸੋ ਇਹਨਾਂ ਕਰਕੇ ਸਾਰਾ ਕੁਛ ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ ਜੀ ਬਿਲਕੁਲ ਹਾਂਜੀ ਸੋ ਮੈਂ ਜਾਣ ਤੋਂ ਪਹਿਲਾਂ ਲਾਸਟ ਸਵਾਲ ਪੁੱਛਣਾ ਹੈ ਦਾ ਆਲ ਬੋਇਜ਼ ਆਰ ਤੁਹਾਡੇ ਲਈ ਕਿਉਂ ਖਾਸ ਰਹੇਗਾ ਔਰ ਸਾਰੇ ਫੈਨਸ ਨੂੰ ਇਹ ਗਾਣਾ ਕੀ ਸਪੈਸ਼ਲ ਸੁਨੇਹਾ ਦੇ ਰਿਹਾ ਜੋ ਤੁਸੀਂ ਸਾਰੇ ਕਹਿਣਾ ਚਾਹੋ ਸੁਨੇਹਾ ਤਾਂ ਚਲੋ ਸੁਨੇਹਾ ਸੁਨੇਹੇ ਦਾ ਕੀ ਹੁੰਦਾ ਗਾਣੇ ਮਤਲਬ ਬੇਸਿਕਲੀ ਐਂਟਰਟੇਨਮੈਂਟ ਦਾ ਸੋਰਸ ਹੁੰਦੇ ਨੇ ਗਾਣੇ ਹਨਾ ਸੋ ਉਹੀ ਆ ਵੀ ਅੱਜ ਕੱਲ੍ਹ ਹਾਂ ਇੱਕ ਚੀਜ਼ ਤੁਹਾਨੂੰ ਇੱਕ ਅਲੱਗ ਮਿਲੂਗਾ ਦੇਖਣ ਨੂੰ ਕਿ ਜਿਹੜੀਆਂ ਕੰਸੈਪਚੁਅਲ ਵੀਡੀਓਜ਼ ਹੁੰਦੀਆਂ ਨੇ ਹੁਣ ਆਪਾਂ ਨੂੰ ਨਹੀਂ ਦੇਖਣ ਨੂੰ ਮਿਲਦੀਆਂ ਅੱਜ ਕੱਲ੍ਹ ਜ਼ਿਆਦਾ ਸਿੰਕ ਬੇਸਡ ਚੱਲਦਾ ਹੈ ਨਾ ਅਤੇ ਜਿਵੇਂ ਪਹਿਲਾਂ ਚੱਲਦੀਆਂ ਹੁੰਦੀਆਂ ਸੀ ਪ੍ਰੋਪਰ ਸਟੋਰੀ ਵਿੱਚ ਡਾਇਲੋਗ ਐਂਡ ਆਲ ਉਹ ਸਾਰਾ ਕੁਛ ਤੁਹਾਨੂੰ ਦੇਖਣ ਨੂੰ ਮਿਲੇਗਾ ਕਿਉਂਕਿ ਹੁਣ ਜਿੰਨਿਆਂ ਨੇ ਵੀ ਟੀਜ਼ਰ ਦੇਖਿਆ ਜ਼ਿਆਦਾਤਰ ਲੋਕ ਇਹੀ ਕਹਿ ਰਹੇ ਨੇ ਵੀ ਸ਼ਾਰਟ ਫਿਲਮ ਹੀ ਲੱਗਦੀ ਹੈ ਹਨਾ ਹਾਂ ਇਹ ਚੀਜ਼ ਤੁਹਾਨੂੰ ਇੱਕ ਤਾਂ ਦੇਖਣ ਨੂੰ ਮਿਲੂਗੀ ਦੁਬਾਰਾ ਸ਼ਾਇਦ ਕਿ ਪਤਾ ਦੁਬਾਰਾ ਇੱਦਾਂ ਦੀਆਂ ਵੀਡੀਓਜ਼ ਬਣਨ ਲੱਗ ਜਾਣ ਅਤੇ ਬਾਕੀ ਹਾਂ ਵੀ ਮੁੰਡੇ ਰਿਲੇਟ ਕਰਨਗੇ ਇੱਕ ਦੂਜੇ ਨਾਲ ਕੁੜੀਆਂ ਵੀ ਕਰ ਲੈਣਗੀਆਂ ਅੱਛਾ ਮੁੰਡਿਆਂ ਦੇ ਪਰਪਸ ਤੋਂ ਬਣਾਇਆ ਜਾਂ ਕੁੜੀਆਂ ਦੇ ਜਾਂ ਦੋਨਾਂ ਦੇ ਮਿਕਸ ਜਿਹੀ ਹੈ ਜੀ ਕੋਈ ਚੱਕਰ ਨਹੀਂ ਹੁੰਦਾ ਦੋ ਕੁੜੀਆਂ ਬੈਠੀਆਂ ਇਹਨਾਂ ਨੂੰ ਪੁੱਛ ਲੈਂਦੇ ਆ ਤੁਹਾਨੂੰ ਲੱਗਦਾ ਸਾਰੇ ਮੁੰਡੇ ਇੱਕੋ ਜਿਹੇ ਹੁੰਦੇ ਆ ਨਹੀਂ ਨਹੀਂ ਹੁੰਦੇ ਨਹੀਂ ਹੁੰਦੇ ਫਰਕ ਹੁੰਦਾ ਹਾਂ ਮਤਲਬ ਜ਼ਿਆਦਾਤਰ ਕੁੜੀਆਂ ਹੀ ਮੈਂ ਜ਼ਿਆਦਾਤਰ ਕਹਿੰਦੇ ਹੋਏ ਸੁਣਿਆ ਉਹ ਕਹਿੰਦੀਆਂ ਹੁੰਦੀਆਂ ਕਿ ਸਾਰੇ ਮੁੰਡੇ ਇੱਕੋ ਜਿਹੇ ਹੁੰਦੇ ਆ ਨਹੀਂ ਹੁੰਦੇ ਮੈਨੂੰ ਤਾਂ ਲੱਗਦਾ ਨਹੀਂ ਹੁੰਦੇ ਹੋ ਹੀ ਨਹੀਂ ਸਕਦਾ ਇੱਕੋ ਜਿਹੇ ਸਾਰੇ ਮੁੰਡੇ ਕਿਵੇਂ ਹੋ ਜਾਣਗੇ ਮੈਨੂੰ ਨਹੀਂ ਲੱਗਦਾ ਹੁੰਦੇ ਨੇ ਫਰਕ ਹੁੰਦਾ ਔਰ ਤੁਸੀਂ ਇਹ ਮੰਨਦੇ ਹੋ ਕਿ ਕੁੜੀਆਂ ਇਹ ਵੀ ਗੱਲ ਮਹਿਸੂਸ ਕਰਦੀਆਂ ਹੁੰਦੀਆਂ ਕਿ ਕੋਈ ਮੁੰਡਾ ਅਗਰ ਉਹਨਾਂ ਦੀ ਲਾਈਫ 'ਚ ਉਹਨਾਂ ਦਾ ਸਭ ਤੋਂ ਅੱਛਾ ਦੋਸਤ ਹੁੰਦਾ ਕਿਸੇ ਕੁੜੀ ਨਾਲੋਂ ਜ਼ਿਆਦਾ ਹਾਂ ਕਹਿ ਵੀ ਸਕਦੇ ਨਹੀਂ ਵੀ ਕਹਿ ਸਕਦੇ ਅਸੀਮ ਦਾ ਵੈਸੇ ਮੈਨੂੰ ਬਹੁਤ ਚੰਗਾ ਲੱਗਿਆ ਸਿੱਧਾ ਜੋ ਵੀ ਹੈ ਬੋਲ ਦਿਓ ਬਸ ਸੋਚ ਕੇ ਨਹੀਂ ਬੋਲਣਾ ਬੈਸਟ ਚੀਜ਼ ਹੈ ਨਵਜੋਤ ਤੁਸੀਂ ਕੀ ਸੋਚਦੇ ਹੋ ਸਾਰੇ ਮੁੰਡੇ ਇੱਕੋ ਜਿਹੇ ਹੁੰਦੇ ਆ ਕਿ ਨਹੀਂ ਡਿਪੈਂਡ ਕਰਦਾ ਮੈਨੂੰ ਲੱਗਦਾ ਕਈ ਵਾਰ ਸਾਹਮਣੇ ਵਾਲੇ 'ਤੇ ਵੀ ਡਿਪੈਂਡ ਕਰਦਾ ਹੁੰਦਾ ਕਿ ਤੁਹਾਡਾ ਪਾਰਟਨਰ ਕਿੱਦਾਂ ਦਾ ਜਾਂ ਫਿਰ ਕੀ ਪਤਾ ਕਈ ਵਾਰ ਬੰਦਾ ਵੈਸੇ ਹੀ ਬਦਲ ਜਾਂਦਾ ਪਰ ਮੈਨੂੰ ਲੱਗਦਾ ਡਿਪੈਂਡ ਕਰਦਾ ਸਾਰੇ ਇੱਕੋ ਜਿਹੇ ਹੁੰਦੇ ਵੀ ਨਹੀਂ ਆ ਅਤੇ ਕੋਈ ਹੁੰਦੇ ਵੀ ਆ ਕੋਈ ਨਹੀਂ ਵੀ ਹੁੰਦੇ ਬਾਕੀ ਮਿਲਾਂਦਾ ਤੁਹਾਨੂੰ ਗਾਣੇ ਤੋਂ ਜ਼ਿਆਦਾ ਪਤਾ ਲੱਗ ਜਾਏਗਾ ਕਿ ਕਿਹੋ ਜਿਹੇ ਹੁੰਦੇ ਆ ਬਾਕੀ ਤੁਸੀਂ ਗਾਣੇ 12 ਤਰੀਕ ਨੂੰ ਆਪਾਂ ਗਾਣਾ ਸੁਣਦੇ ਹਾਂ ਫਿਰ ਉਸ ਤੋਂ ਪਤਾ ਲੱਗ ਜਾਊਗਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਲਈ ਔਰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਇਸ ਪ੍ਰੋਜੈਕਟ ਦੀਆਂ ਉਮੀਦ ਹੈ ਕਿ ਤੁਸੀਂ ਸੋਹਣਾ ਕੰਮ ਕਰਦੇ ਰਹੋਗੇ ਔਰ ਉਹ ਲੋਕਾਂ ਤੱਕ ਪਹੁੰਚਦਾ ਰਹੇਗਾ ਸੋ ਇਹ ਸਨ ਸਾਡੇ ਨਾਲ ਆਲ ਬੋਏ ਮਤਲਬ ਜਿਹੜਾ ਗੀਤ ਆ ਰਿਹਾ ਆਲ ਬੋਇਜ਼ ਆਰ ਸੇਮ ਦੀ ਟੀਮ ਜਿਨ੍ਹਾਂ ਨੇ ਸਾਨੂੰ ਗਾਣੇ ਦੇ ਬਾਰੇ ਦੱਸਿਆ ਹੈ ਕਿ ਇਸ ਗਾਣੇ ਦੇ ਵਿੱਚ ਕੀ ਸਪੈਸ਼ਲ ਹੋਣ ਵਾਲਾ ਹੈ ਟੀਜ਼ਰ ਤੁਸੀਂ ਨਹੀਂ ਦੇਖਿਆ ਤਾਂ ਪਲੀਜ਼ ਜ਼ਰੂਰ ਦੇਖੋ ਸ਼ਾਇਦ ਟੀਜ਼ਰ ਦੇਖਣ ਤੋਂ ਬਾਅਦ ਤੁਸੀਂ ਗਾਣੇ ਨੂੰ ਲੈ ਕੇ ਐਕਸਾਈਟਡ ਜ਼ਰੂਰ ਹੋਵੋਗੇ ਔਰ ਤੁਸੀਂ ਇਸ ਗੱਲ ਦੇ ਬਾਰੇ ਕੀ ਸੋਚਦੇ ਹੋ ਕਿ ਆਲ ਬੋਇਜ਼ ਆਰ ਸੇਮ ਮੈਂ ਸਾਰੇ ਮੁੰਡੇ ਕੁੜੀਆਂ ਨੂੰ ਇਹ ਸਵਾਲ ਕਰਨਾ ਚਾਹੂੰਗੀ ਸਾਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ